मैं हुण चलो हुण तां परसों फिल्म आ जाणी है माड़ी मोटी, मैं भी गल कर सकदा। एक वन शॉट सिंगल शॉट लास्ट सीन जिहड़ा उह सिंगल टेक आ, उहदे च कोई कट नहीं हैगा ते कोई डायलॉग नहीं हैगा। ओके लास्ट सीन डायलॉग नहीं कोई कट नहीं, सिंगल टेक एक सीन चलदा हो। ਉਹ ਸੀਨ ਦੇ ਵਿੱਚ ਕਾਫੀ ਕੁਛ ਮੈਨੂੰ ਲੱਗਦਾ ਉਹ ਸੀਨ ਨੇ ਬਿਨਾਂ ਕੁਛ ਕਹੇ ਕਾਫੀ ਕੁਛ ਸਮਝਾ ਦੇਣਾ ਵੀ ਅਸਲ 'ਚ ਆਪਾਂ ਕਿਸ ਚੀਜ਼ ਪਿੱਛੇ ਭੱਜੇ ਫਿਰਦੇ ਹਾਂ। ਆਪਾਂ ਕਈ ਵਾਰੀ ਟੀਚੇ ਜਾਂ ਟਾਰਗੇਟ ਆਪਣੀ ਜ਼ਿੰਦਗੀ ਦੇ ਬੜੇ ਛੋਟੇ ਨੱਥ ਲੈਂਦਾ, ਇਹ ਮੇਰੇ ਲਈ ਇੱਕ ਸਮਝ ਲਓ ਵੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਇਹ ਪ੍ਰੋਜੈਕਟ। ਪਤਾ ਨਹੀਂ ਕੀ ਹੋਣਾ, ਕਿਵੇਂ ਹੋਣਾ, ਰਿਜ਼ਲਟ ਕੀ ਹੋਣਾ, ਇਹ ਮੈਨੂੰ ਨਹੀਂ ਪਤਾ, ਬਟ ਇਹ ਸਾਰੀ ਜ਼ਿੰਦਗੀ ਮੇਰੇ ਨਾਲ ਰਹਿਣਾ ਇਹ ਜਿਹੜਾ ਪ੍ਰੋਜੈਕਟ, ਕਿਉਂਕਿ ਇੰਨਾ ਟਾਈਮ ਇੰਨੀ ਮਿਹਨਤ ਇੰਨਾ ਕੁਛ ਮੈਂ ਆਪਣਾ ਦੇਤਾ ਇਸ ਪ੍ਰੋਜੈਕਟ ਨੂੰ, ਮੈਨੂੰ ਨਹੀਂ ਲੱਗਦਾ ਮੈਂ ਸ਼ਾਇਦ ਅੱਗੇ ਇੰਨਾ ਕੁਛ ਦੇ ਪਾਉਂਗਾ। ਤੁਨਕਾ ਤੁਨਕਾ ਫਿਲਮ ਦਾ ਐਕਚੁਅਲ ਜੀ ਹਾਈਪ ਕ੍ਰੀਏਟ ਹੋਇਆ, ਟ੍ਰੇਲਰ ਦਾ ਰਿਐਕਸ਼ਨ ਅਸੀਂ ਸਾਰਿਆਂ ਨੇ ਦੇਖਿਆ, ਲੋਕਾਂ ਦਾ ਦੇਖਿਆ, ਕਮੈਂਟ ਤੋਂ ਪਤਾ ਲੱਗਦਾ, ਲਾਈਕਸ ਤੋਂ ਪਤਾ ਲੱਗਦਾ, ਇੰਡਸਟਰੀ ਦੇ ਵਿੱਚ ਵੀ ਜਦੋਂ ਗੱਲ ਹੋਣ ਲੱਗ ਜਾਂਦੀ ਹੈ ਨਾ ਤਾਂ ਉਹ ਪ੍ਰੋਜੈਕਟ ਦੇ ਉੱਤੇ ਨਜ਼ਰਾਂ ਟਿਕ ਜਾਂਦੀਆਂ। ਧੀਰਜ ਕੁਮਾਰ ਨੇ ਕਮੈਂਟ ਕੀਤਾ ਸੀ, ਦੈਨ ਜਗਜੀਤ ਸੰਧੂ ਨੇ ਕਮੈਂਟ ਕੀਤਾ ਸੀ, ਦੈਨ ਤਾਨਿਆ ਨੇ ਵੀ ਕਮੈਂਟ ਕੀਤਾ ਸੀ, ਉਹ ਅੱਗ ਜੀ ਬਣਾ ਕੇ ਪਾਈ ਸੀਗੀ। ਉਸ ਤੋਂ ਬਾਅਦ ਜਗਦੀਪ ਸਿੱਧੂ ਬਾਈ ਜਿਹੜੇ ਡਾਇਰੈਕਟਰ ਨੇ ਆਪਣੇ, ਉਹਨਾਂ ਨੇ ਪੋਸਟਰ ਸ਼ੇਅਰ ਕੀਤਾ ਸੀ, ਹਾਂ ਪੋਸਟਰ ਸ਼ੇਅਰ ਕਰਕੇ ਮੈਨੂੰ ਮੈਨਸ਼ਨ ਕੀਤਾ ਸੀ। ਅਰਵਿੰਦਰ ਖਹਿਰਾ ਬਾਈ, ਮਤਲਬ ਇਹਨਾਂ ਲੋਕਾਂ ਨੂੰ ਮੈਂ ਕਦੇ ਮਿਲਿਆ ਨਹੀਂ, ਮੈਂ ਜਿਹਨਾਂ ਦਾ ਨਾਮ ਮੈਂ ਨਾਮ ਲੈ ਰਿਹਾ ਮੈਂ ਇਹਨਾਂ ਨੂੰ ਕਦੇ ਮਿਲਿਆ ਨਹੀਂ, ਨਾ ਮੇਰੀ ਕਦੇ ਗੱਲ ਹੋਈ ਇਹਨਾਂ ਨਾਲ, ਤੇ ਉਹਨਾਂ ਨੇ ਪੋਸਟਰ ਸ਼ੇਅਰ ਕੀਤਾ, ਐਪਰੀਸ਼ੀਏਟ ਕੀਤਾ। ਹੁਣ ਮੈਂ ਬਾਹਲੀਆਂ ਗੱਲਾਂ ਦਾ ਕੀ ਕਹਾਂ, ਇੱਕ ਵਾਰੀ ਜਾ ਕੇ ਦੇਖ ਲਓ ਤਸੱਲੀ ਹੋਊਗੀ ਤੁਹਾਡੀ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਫਾਰ ਆਲ ਦੀ ਲੇਟੈਸਟ ਅਪਡੇਟਸ ਪਲੀਜ਼ ਸਬਸਕ੍ਰਾਈਬ ਜੀ ਮੀਡੀਆ ਗਰੁੱਪ ਐਂਡ ਪ੍ਰੈਸ ਦੀ ਬੈਲ ਆਈਕਨ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਅੱਜ ਦੇ ਖਾਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਇੱਕ ਖਾਸ ਆਰਟਿਸਟ ਜੋ ਕਿ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ। ਉਹਨਾਂ ਦਾ ਸਵਾਗਤ ਕਰਦੇ ਹਾਂ, ਹਰਦੀਪ ਗਰੇਵਾਲ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਮੈਮ, ਕੀ ਹਾਲ ਚਾਲ ਹੈ? ਬਸ ਠੀਕ ਠਾਕ ਜੀ, ਬਹੁਤ ਵਧੀਆ। ਅੱਜ ਜਦੋਂ ਪ੍ਰੋਮੋਸ਼ਨਸ ਚੱਲ ਰਹੀ ਹੋਣਾ, ਔਖਾ ਲੱਗਦਾ ਹੋਣਾ ਹੈ ਨਾਰਮਲ ਹੋਣਾ, ਕਿਉਂਕਿ ਨੈਚੁਰਲੀ ਇਨਸਾਨ ਹੋ। ਹਾਂਜੀ, ਥੋੜਾ ਜਿਹਾ ਅਨਨੈਚੁਰਲ ਪ੍ਰੋਸੈਸ ਆ ਇਹ, ਤੇ ਫਸਟ ਟਾਈਮ ਐਕਸਪੀਰੀਅੰਸ ਕਰ ਰਹੇ ਹਾਂ ਪਹਿਲੀ ਗੱਲ ਤਾਂ, ਕਿਉਂਕਿ ਗਾਣਿਆਂ ਦੇ ਕੇਸ 'ਚ ਕਦੇ ਇੱਦਾਂ ਨਹੀਂ ਹੁੰਦਾ ਜੋ ਮੂਵੀਜ਼ ਦੇ ਕੇਸ 'ਚ ਹੁੰਦਾ। ਇਹੀ ਡਿਫਰੈਂਸ ਵੀ ਆ, ਜਦੋਂ ਕੋਈ ਪੁੱਛਦਾ ਨਾ ਵੀ ਗਾਣੇ ਆ ਤੇ ਮੂਵੀਜ਼ ਤੇ ਤੁਹਾਨੂੰ ਕੀ ਇੱਕ ਪੈਟ ਕੁਐਸਚਨ ਹੁੰਦਾ, ਤਾਂ ਇਹ ਇੱਕ ਬਹੁਤ ਵੱਡਾ ਫਰਕ ਆ। ਬਿਲਕੁਲ। ਅੱਛਾ, ਪ੍ਰੋਮੋਸ਼ਨਸ ਦੀ ਗੱਲ ਕਰੀਏ ਤਾਂ ਪ੍ਰੋਮੋਸ਼ਨਸ ਅਕਸਰ ਕਹਿੰਦੇ ਆ ਕਿ ਰੱਟੀਆਂ ਰਟਾਈਆਂ, ਪਰ ਮੈਨੂੰ ਨਹੀਂ ਲੱਗਦਾ ਕਿਸੇ ਵੀ ਇੰਟਰਵਿਊ ਦੇ ਵਿੱਚ ਤੁਸੀਂ ਏਦਾਂ ਦੀ ਕੋਈ ਗੱਲ ਕੀਤੀ ਹੋਵੇ ਜਿਹੜੀ ਰੱਟੀ ਰਟਾਈ ਹੋਏ। ਮੈਨੂੰ ਹਰ ਗੱਲ ਕਿੰਨੇ ਕੁ ਜ਼ਿਆਦਾ ਆਪਣੀ ਆਉਣ ਵਾਲੀ ਸੁਣਕਾ ਦੇ ਨਾਲ, ਕਿਉਂਕਿ ਤੁਹਾਡੀ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਇਹ ਗੱਲ ਰੱਟੀਆਂ ਰਟਾਈਆਂ ਨਹੀਂ ਬਲਕਿ ਚੱਲ ਰਹੀਆਂ। ਰੱਟੀਆਂ ਰਟਾਈਆਂ ਗੱਲਾਂ ਅਸਲ 'ਚ ਹੋ ਵੀ ਨਹੀਂ ਸਕਦੀਆਂ, ਕਿਉਂਕਿ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਵੀ ਦਿਲੋਂ ਅਟੈਚ ਹੋਣਾ ਕਿਸੇ ਪ੍ਰੋਜੈਕਟ ਨਾਲ, ਮੈਨੂੰ ਨਹੀਂ ਪਤਾ ਵੀ ਇਸ ਤੋਂ ਬਾਅਦ ਕੋਈ ਇੱਦਾਂ ਦਾ ਪ੍ਰੋਜੈਕਟ ਆਊਗਾ ਜਿਹਦੇ ਨਾਲ ਮੈਂ ਇੰਨਾ ਦਿਲੋਂ ਅਟੈਚ ਹੋਊਂਗਾ, ਮੈਂਟਲੀ ਅਟੈਚ ਹੋਊਂਗਾ, ਫਿਜ਼ੀਕਲੀ ਅਟੈਚ ਹੋਊਂਗਾ ਤੇ ਫਾਈਨੈਂਸ਼ਲੀ ਅਟੈਚ ਹੋਊਂਗਾ, ਬਾਕੀ ਸਮਾਂ ਦੱਸੂਗਾ। ਪਰ ਇਹ ਮੇਰੇ ਲਈ ਇੱਕ ਸਮਝ ਲਓ ਵੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਇਹ ਪ੍ਰੋਜੈਕਟ। ਪਤਾ ਨਹੀਂ ਕੀ ਹੋਣਾ, ਕਿਵੇਂ ਹੋਣਾ, ਰਿਜ਼ਲਟ ਕੀ ਹੋਣਾ, ਇਹ ਮੈਨੂੰ ਨਹੀਂ ਪਤਾ, ਬਟ ਇਹ ਸਾਰੀ ਜ਼ਿੰਦਗੀ ਮੇਰੇ ਨਾਲ ਰਹਿਣਾ ਇਹ ਜਿਹੜਾ ਪ੍ਰੋਜੈਕਟ, ਕਿਉਂਕਿ ਇੰਨਾ ਟਾਈਮ ਇੰਨੀ ਮਿਹਨਤ ਇੰਨਾ ਕੁਛ ਮੈਂ ਆਪਣਾ ਦੇਤਾ ਇਸ ਪ੍ਰੋਜੈਕਟ ਨੂੰ, ਮੈਨੂੰ ਨਹੀਂ ਲੱਗਦਾ ਮੈਂ ਸ਼ਾਇਦ ਅੱਗੇ ਇੰਨਾ ਕੁਛ ਦੇ ਪਾਊਂਗਾ। ਅੱਛਾ, ਮੋਟੀਵੇਟ ਕਰਨ ਦਾ ਜ਼ਿੰਮਾ ਤਾਂ ਪਹਿਲਾਂ ਚੁੱਕਿਆ ਹੋ, ਗੀਤਾਂ ਦੀ ਗੱਲ ਕਰੀਏ ਤੇ 2 ਮਿੰਟ, 3 ਮਿੰਟ, 4 ਮਿੰਟ ਜ਼ਿਆਦਾ ਤੁਸੀਂ ਉਸ ਵਿੱਚ ਮੋਟੀਵੇਟ ਕਰਨਾ ਬੜਾ ਸੌਖਾ ਵੇ ਹੁੰਦਾ ਹੈ, ਪਰ 2 ਘੰਟੇ 2.5 ਘੰਟੇ ਦੀ ਇੱਕ ਫਿਲਮ ਨੂੰ ਤਿਆਰ ਕਰਨਾ, ਹੋਰ ਉਸਦੇ ਲਈ ਇਹ ਮੋਟਿਵ ਆਪਣੇ ਅੰਦਰ ਰੱਖਣਾ ਕਿ ਅਸੀਂ ਕੁਛ ਸਿਖਾਉਣਾ ਹੈ, ਅਸੀਂ ਮੋਟੀਵੇਟ ਕਰਨਾ, ਕਿੰਨਾ ਔਖਾ ਲੱਗਿਆ ਜਾਂ ਕਿੰਨਾ ਸੌਖਾ ਲੱਗਿਆ? ਅਸਲ 'ਚ ਕੀ ਹੈ ਕਿ ਇਹ ਦੋਨੇ ਗੱਲਾਂ 'ਚ ਨਾ ਬੜਾ ਫਰਕ ਹੈ ਜੀ। ਜਿਹੜਾ 5-6 ਮਿੰਟ ਦਾ ਗਾਣਾ ਹੁੰਦਾ ਨਾ, ਉਹਦੇ 'ਚ ਇੱਕ ਲੰਬੀ ਕਹਾਣੀ ਦਿਖਾਉਣੀ ਔਖੀ ਹੁੰਦੀ ਆ, ਜੋ ਮੈਂ ਮੰਨਦਾ, ਕਿਉਂਕਿ ਉਹਦੇ 'ਚ ਤੁਹਾਡੇ ਕੋਲ ਜਗ੍ਹਾ ਘੱਟ ਹੁੰਦੀ ਆ ਅਤੇ ਤੁਸੀਂ ਗੱਲਾਂ ਬਹੁਤ ਕਹਿਣੀਆਂ ਹੁੰਦੀਆਂ ਥਰੂ ਯੂਅਰ ਸਕਰੀਨ ਪਲੇ। ਜਦੋਂ ਇੱਦਾਂ ਦੇ ਮੋਟੀਵੇਸ਼ਨਲ ਗਾਣੇ ਦੀ ਆਪਾਂ ਗੱਲ ਕਰੀਏ, ਜਦੋਂ ਆਪਾਂ ਮੂਵੀ ਦੀ ਗੱਲ ਕਰਦੇ ਹਾਂ ਉਹਦੇ 'ਚ ਸਾਡੇ ਕੋਲ ਸਪੇਸ ਬਹੁਤ ਹੁੰਦੀ ਆ, ਅਸੀਂ ਗੱਲ ਉਹੀ ਕਹਿਣੀ ਹੁੰਦੀ ਆ, ਸਾਡੀ ਵਨ ਲਾਈਨ ਜਿਹੜੀ ਹੁੰਦੀ ਆ ਉਹ ਉਹੀ ਹੁੰਦੀ ਆ, ਬਟ
ਸਾਡੇ ਕੋਲ ਜਗ੍ਹਾ ਜ਼ਿਆਦਾ ਹੁੰਦੀ ਆ, ਉੱਥੇ ਸਾਡਾ ਖਿਆਲ ਰੱਖਣ ਵਾਲੀ ਚੀਜ਼ ਜਾਂ ਕਹਿ ਲਓ ਧਿਆਨ ਰੱਖਣ ਵਾਲੀ ਚੀਜ਼ ਜਿਹੜੀ ਹੁੰਦੀ ਆ, ਉਹ ਇਹ ਹੁੰਦੀ ਆ ਕਿ ਲੋਕਾਂ ਦਾ ਜਿਹੜੀ ਇੰਟਰਸਟ ਆ ਉਹ ਬ੍ਰੇਕ ਨਾ ਹੋਵੇ, ਐਂਟਰਟੇਨਮੈਂਟ ਵੀ ਨਾਲ ਦੀ ਨਾਲ ਹੋਵੇ, ਤੇ ਜਿਹੜਾ ਅਸੀਂ ਜੋ ਗੱਲ ਕਹਿਣਾ ਚਾਹੁੰਦੇ ਹਾਂ ਉਹ ਅਸੀਂ ਗੱਲ ਕਹਿ ਵੀ ਪਾਈਏ। ਸੋ ਉਹ ਆਪਣੀ ਜਗ੍ਹਾ ਟਫ ਆ ਕਿਉਂਕਿ ਉਹ ਲੰਮਾ ਸਮਾਂ ਹੁੰਦਾ, ਉਹਦੇ 'ਚ ਗੱਲ ਇੱਕ ਕਹਿਣੀ ਹੁੰਦੀ ਆ, ਪਰ ਇੱਕ ਤਰੀਕਾ ਹੋਣਾ ਚਾਹੀਦਾ। ਗਾਣੇ 'ਚ ਸਮਾਂ ਘੱਟ ਹੁੰਦਾ, ਗੱਲਾਂ ਬਹੁਤ ਕਰਨ ਵਾਲੀਆਂ ਹੁੰਦੀਆਂ ਨੇ, ਤੇ ਆਪਣੀ ਆਪਣੀ ਜਗ੍ਹਾ ਦੋਨੇ ਡਿਫੀਕਲਟ ਨੇ ਮੇਰੇ ਹਿਸਾਬ ਨਾਲ। ਬਿਲਕੁਲ, ਪਹਿਲਾਂ ਤਾਂ ਬਿਲਕੁਲ ਬਹੁਤ ਤਾਰੀਫ ਹੈ ਜੋ ਤੁਣਕਾ ਤੁਣਕਾ ਦੀ ਮਿਹਨਤ ਕੀਤੀ। 5 ਅਗਸਤ ਨੂੰ ਇਹ ਰਿਲੀਜ਼ ਹੋ ਫਾਈਨਲੀ, ਪਰ 5 ਅਗਸਤ 2021 ਤੱਕ ਪਹੁੰਚਣ ਦਾ, ਜਿਹੜੇ 4 ਸਾਲਾਂ ਦਾ ਫਿਲਮ ਨੂੰ ਬਣਾਉਣ ਦਾ ਸਮਾਂ, ਉਸ ਤੋਂ ਬਾਅਦ ਇਸ ਨੂੰ ਰਿਲੀਜ਼ ਕਰਨ ਦਾ ਸਮਾਂ ਬੜਾ ਲੰਬਾ ਸੀਗਾ। ਲਾਜ਼ਮੀ ਹੈ ਕਿ ਇਨਸਾਨ ਪੂਰੀ ਤਰ੍ਹਾਂ ਨਾਲ ਅਟੈਚ ਹੋ ਜਾਂਦਾ ਹੈ ਜਿਸ ਵੇਲੇ ਇਹ ਫਿਲਮ ਐਕਚੁਅਲ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਏਗੀ। ਉਸ ਵੇਲੇ ਹਰਦੀਪ ਗਰੇਵਾਲ ਦੇ ਅੰਦਰ ਇੱਕ ਦਿਨ ਰਹਿ ਗਿਆ, ਤੁਸੀਂ ਐਂ ਮੰਨ ਲਓ ਪਹਿਲਾ ਦਿਨ ਰਹਿ ਗਿਆ, ਹੁਣੀ ਮੇਰੇ ਅੰਦਰ ਤਾਂ ਹੁਣੀ ਬਹੁਤ ਕੁਛ ਚੱਲ ਰਿਹਾ। ਵੈਸੇ ਜਿਵੇਂ ਤੁਸੀਂ ਐਂ ਸਮਝੋ ਪੇਪਰ ਹੁੰਦਾ ਨਾ, ਫਾਈਨਲ ਪੇਪਰ ਲਾ ਲਓ, ਚਾਹੇ 10th ਦਾ ਲਾ ਲਓ ਜਾਂ 12th ਦਾ ਬੋਰਡ ਦਾ ਪੇਪਰ ਲਾ ਲਓ, ਉਦਾਂ ਦੀ ਫੀਲਿੰਗ ਆ ਰਹੀ ਆ। ਤੇ ਇਹਦੇ 'ਚ ਕੀ ਆ ਵੀ ਪੇਪਰ ਵੀ ਨਾਲ ਦੀ ਨਾਲ ਹੀ ਆ ਅਤੇ ਰਿਜ਼ਲਟ ਵੀ ਨਾਲ ਦੀ ਨਾਲ ਹੀ ਆ, ਉਸੇ ਦਿਨ ਰਿਜ਼ਲਟ ਆਉਣਾ ਸ਼ੁਰੂ ਹੋ ਜਾਣਾ। ਬਹੁਤ ਮਿਕਸਡ ਫੀਲਿੰਗਸ ਨੇ ਮੈਨੂੰ ਐਂ ਲੱਗਦਾ ਮੇਰੇ ਅੰਦਰ ਹੁਣ, ਕਿਉਂਕਿ ਇਨਸਾਨ ਆ ਬੰਦਾ ਜਿਹੜਾ ਨਾ ਉਹ ਲਾਲਚੀ ਬੜਾ ਹੁੰਦਾ। ਮੈਂ ਦੇਖਿਆ ਅੱਜ ਤੋਂ ਕਾਫੀ ਟਾਈਮ ਪਹਿਲਾਂ ਮੇਰੀ ਖੁਆਇਸ਼ ਸਿਰਫ ਇੰਨੀ ਸੀ ਵੀ ਮੈਂ ਇਸ ਮੂਵੀ ਨੂੰ ਬਣਾ ਕੇ ਨਾ ਥੀਏਟਰਸ ਤੱਕ ਪਹੁੰਚਾਉਣਾ, ਸੋ ਦੈਟ ਕੁਛ ਬੰਦੇ ਜ਼ਰੂਰ ਦੇਖਣ ਆਉਣ, ਕੁਛ ਬੰਦੇ ਦੇਖਣ ਆਉਣ, ਉਹ ਗਿਣਤੀ 'ਚ ਕਿੰਨੇ ਵੀ ਹੋ ਸਕਦੇ ਆ। ਅੱਜ ਜਿੱਥੇ ਅੱਜ ਸਿਚੁਏਸ਼ਨ 'ਚ ਇਹੋ ਜਿਹੀ 'ਚ ਬੈਠ ਗਏ ਹਾਂ ਕਿ ਲੋਕ ਜੁੜ ਗਏ, ਸਾਰਿਆਂ ਨੂੰ ਪਤਾ ਲੱਗ ਗਿਆ, ਇੱਕ ਸੋਹਣੀ ਵਾਈਬ ਬਣ ਗਈ, ਪੋਜ਼ਿਟਿਵ ਵਾਈਬ ਬਣ ਗਈ। ਅੱਜ ਐਂ ਲੱਗਦਾ ਕਿ ਯਾਰ ਜੇ ਜ਼ਿਆਦਾ ਬੰਦੇ ਦੇਖਣ ਆਉਣ ਤਾਂ ਜ਼ਿਆਦਾ ਵਧੀਆ ਗੱਲ ਆ, ਬਿਕੋਜ਼ ਅਦਰਵਾਈਜ਼ ਉਹ ਇੰਡਸਟਰੀ 'ਚ ਕਹਿ ਲਓ ਜਾਂ ਲੋਕਾਂ 'ਚ ਕਹਿ ਲਓ ਜਾਂ ਮਾਰਕੀਟ 'ਚ ਕਹਿ ਲਓ, ਉਹ ਜਿਹੜਾ ਮੈਸੇਜ ਆ ਨਾਲ ਦੀ ਨਾਲ ਜਾਣਾ ਚਾਹੀਦਾ ਕਿ ਹਾਂ ਇੱਦਾਂ ਦੀ ਚੀਜ਼ ਪੋਜ਼ਿਟਿਵ ਜਾਂ ਵਧੀਆ ਚੀਜ਼ ਕੰਟੈਂਟ ਬਣਿਆ ਸੀ ਤੇ ਉਸ ਕੰਟੈਂਟ ਨੇ ਪੈਸਾ ਵੀ ਕਮਾਇਆ। ਅੱਜ ਇਸ ਪੁਆਇੰਟ ਤੇ ਮੈਂ ਫੀਲ ਕਰਦਾ ਇਹ ਚੀਜ਼, ਇਹ ਸਿਰਫ ਇਸ ਕਰਕੇ ਨਹੀਂ ਵੀ ਮੇਰੀ ਜੇਬ 'ਚ ਪੈਸਾ ਫਟਾਫਟ ਆ ਜਾਵੇ ਮੇਰਾ ਲੱਗਿਆ ਹੋਇਆ, ਬਟ ਮੈਂ ਸੀਰੀਅਸਲੀ ਬਿਲੀਵ ਕਰਦਾ ਕਿ ਮੈਨੂੰ ਹੁਣ ਡਰ ਇੱਕ ਉਹ ਚੀਜ਼ ਨਹੀਂ ਹੋ ਜਾਂਦੀ ਹੁੰਦੀ ਵੀ ਜਦੋਂ ਪਹਿਲੇ ਪੋਸਟਰ ਤੋਂ ਹਾਈਪ ਬਣ ਗਈ, ਤੁਸੀਂ ਹਾਈਪ ਕਹਿ ਸਕਦੇ ਹੋ ਹਨਾ, ਲੋਕਾਂ 'ਚ ਸਾਰਿਆਂ 'ਚ ਗੱਲ ਹੋ ਰਹੀ ਹੈ, ਸਾਨੂੰ ਵੀ ਪਤਾ ਤਾਂ ਸਾਨੂੰ ਵੀ ਲੱਗਦਾ ਹੀ ਆ, ਇੱਦਾਂ ਤਾਂ ਹੈ ਨਹੀਂ ਵੀ ਅਸੀਂ ਉੱਪਰੋਂ ਉੱਪਰੋਂ ਗੱਲ ਕਰਦੇ ਹਾਂ, ਸਾਰਿਆਂ ਨੂੰ ਪਤਾ ਸਾਰੇ ਪਾਸੇ ਪਰਮਾਤਮਾ ਦੀ ਕਿਰਪਾ ਨਾਲ ਆਲ ਓਵਰ ਦਾ ਵਰਲਡ ਜਿੱਥੇ ਜਿੱਥੇ ਪੰਜਾਬੀ ਬੈਠੇ ਆ ਉੱਥੇ ਉੱਥੇ ਪਤਾ ਸਾਰਿਆਂ ਨੂੰ, ਬਟ ਉਹ ਚੀਜ਼ ਦਾ ਪ੍ਰੈਕਟੀਕੈਲਿਟੀ 'ਚ ਕਨਵਰਟ ਹੋਣਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰੀ ਆ। ਸਾਨੂੰ ਇਹ ਡਰ ਕਹਿ ਲਓ ਜਾਂ ਇਹ ਨਰਵਸਨੈਸ ਕਹਿ ਲਓ ਕਿ ਇਹ ਗੱਲਾਂ ਸਿਰਫ ਗੱਲਾਂ ਨਾ ਰਹਿ ਜਾਣ ਸੋਸ਼ਲ ਮੀਡੀਆ ਤੇ। ਬਿਲਕੁਲ, ਤੁਹਾਡਾ ਕਿਰਦਾਰ ਬੜਾ ਹੀ ਕਹਿ ਸਕਦੇ ਹਾਂ ਕਿ ਲੋਕਾਂ ਦੇ ਨਾਲ ਅਟੈਚ ਹੋਣ ਵਾਲਾ ਕਿਰਦਾਰ ਹੈ, ਕਿਉਂਕਿ ਉਸ ਕਿਰਦਾਰ ਨੂੰ ਜਦੋਂ ਅਸੀਂ ਟ੍ਰੇਲਰ ਤੋਂ ਦੇਖਦੇ ਹਾਂ ਨਾ, ਉਹਦੇ ਨਾਲ ਆਪਣੇ ਆਪ ਇੱਕ ਸਾਂਝ ਪੈ ਜਾਂਦੀ ਹੈ, ਤੇ ਇਹ ਕਿਰਦਾਰ ਜਦੋਂ ਸਿਨੇਮਾ ਘਰਾਂ ਚੋਂ ਲੋਕੀ ਦੇਖ ਕੇ ਨਿਕਲਣਗੇ ਤਾਂ ਆਪਣੇ ਨਾਲ ਮੋਟੀਵੇਸ਼ਨ ਤਾਂ ਲੈ ਕੇ ਨਿਕਲਣਗੇ, ਪਰ ਇੱਕ ਕੀ ਐਸੀ ਮੇਨ ਗੱਲ ਹੈ, ਇੱਕ ਥਿਨ ਲਾਈਨ ਹੈ ਜਿਹੜੀ ਤੁਸੀਂ ਪੱਕੀ ਗਰੰਟੀ ਕਰ ਸਕਦੇ ਹੋ ਕਿ ਇਹ ਸਿੱਖ ਕੇ ਇਹ ਕਹਿੰਦੇ ਹੋਏ ਸਿਨੇਮਾ ਘਰਾਂ ਚੋਂ ਨਿਕਲੋਗੇ? ਅਸਲ 'ਚ ਮੋਟੀਵੇਸ਼ਨ ਤੇ ਪੋਜ਼ਿਟਿਵਿਟੀ ਮੇਰੇ ਹਿਸਾਬ ਨਾਲ ਦੋਨੇ ਅਲੱਗ ਚੀਜ਼ਾਂ ਨੇ, ਬਹੁਤ ਅਲੱਗ ਚੀਜ਼ਾਂ ਨੇ। ਬਿਲਕੁਲ, ਮੋਟੀਵੇਟ ਤੁਸੀਂ ਹੁੰਦੇ ਹੋ ਕਿਸੇ ਕੰਮ ਕਰਨ ਲਈ, ਕਿਸੇ ਚੀਜ਼ ਨੂੰ ਦੇਖ ਕੇ, ਸੁਣ ਕੇ, ਸਮਝ ਕੇ ਤੁਹਾਡੇ 'ਚ ਇੱਕ ਜਜ਼ਬਾ ਆਉਂਦਾ ਜਿਹਨੂੰ ਆਪਾਂ ਮੋਟੀਵੇਸ਼ਨ ਕਹਿੰਦੇ ਹਾਂ। ਮੋਟੀਵੇਸ਼ਨ ਦੇ ਨਾਲ ਨਾ ਇੱਕ ਪੋਜ਼ਿਟਿਵਿਟੀ ਵੀ ਆ ਇਸ ਮੂਵੀ ਦੇ ਵਿੱਚ, ਜੋ ਲਾਸਟ 'ਚ ਇੱਕ ਚੀਜ਼ ਅਸੀਂ ਰੱਖੀ ਹੋਈ ਆ, ਇੱਕ ਲਾਸਟ ਜਿਹੜਾ ਸੀਨ ਆ ਨਾ ਸਾਡੀ ਮੂਵੀ ਦਾ, ਸਾਡੀ ਸਾਰੀ ਫਿਲਮ ਇੱਕ ਪਾਸੇ, ਲਾਸਟ ਸੀਨ ਇੱਕ ਪਾਸੇ, ਕੀ ਬਾਤ ਹੈ। ਸਾਨੂੰ ਮੈਨੂੰ ਜਦੋਂ ਮੈਂ ਲਿਖ ਵੀ ਰਿਹਾ ਸੀ ਸਕਰੀਨ ਪਲੇ, ਮੇਰਾ ਥੋਟ ਇਹ ਸੀ ਕਿ ਇੱਕ ਜਿਵੇਂ ਫਿਲਮੀ ਸਟੋਰੀ ਦਾ ਫਿਲਮੀ ਐਂਡ ਹੁੰਦਾ ਵੀ ਹਨਾ, ਹੀਰੋ ਐਂਡ 'ਚ ਜਿੱਤ ਗਿਆ, ਹੀਰੋ ਨੇ ਵਿਲਨ ਨੂੰ ਮਾਰਤਾ, ਆਮ ਹਨਾ ਜੋ ਹੁੰਦਾ ਕਿ ਹੀਰੋ ਜਿੱਤ ਗਿਆ, ਦੈਟਸ ਇਟ। ਬਟ ਮੈਨੂੰ ਆਇਆ ਸੀ ਕਿ ਇੱਕ ਪੋਜ਼ਿਟਿਵਿਟੀ ਜਾਵੇ, ਉਹ ਜਿੱਤਿਆ ਕਿਉਂ ਤੇ ਉਹ ਜਿੱਤ ਕਿਸ ਚੀਜ਼ ਨੂੰ ਕੰਸਿਡਰ ਕਰਦਾ, ਹਿਊਮੈਨਿਟੀ ਦੀ ਗੱਲ ਹੈ ਉਹਦੇ 'ਚ ਕਿ ਨਹੀਂ ਹੈ। ਮੈਂ ਹੁਣ ਚਲੋ ਹੁਣ ਤਾਂ ਪਰਸੋਂ ਫਿਲਮ ਆ ਜਾਣੀ ਹੈ, ਮਾੜੀ ਮੋਟੀ ਮੈਂ ਵੀ ਗੱਲ ਕਰ ਸਕਦਾ। ਇੱਕ ਵਨ ਸ਼ਾਟ ਸਿੰਗਲ ਸ਼ਾਟ ਲਾਸਟ ਸੀਨ ਜਿਹੜਾ ਉਹ ਸਿੰਗਲ ਟੇਕ ਆ, ਉਹਦੇ 'ਚ ਕੋਈ ਕੱਟ ਨਹੀਂ ਹੈਗਾ ਤੇ ਕੋਈ ਡਾਇਲੋਗ ਨਹੀਂ ਹੈਗਾ। ਓਕੇ, ਲਾਸਟ ਸੀਨ 'ਚ
ਡਾਇਲੋਗ ਨਹੀਂ, ਕੋਈ ਕੱਟ ਨਹੀਂ, ਸਿੰਗਲ ਟੇਕ ਇੱਕ ਸੀਨ ਚੱਲਦਾ ਉਹ ਤੇ ਉਹ ਉਹ ਸੀਨ ਦੇ ਵਿੱਚ ਕਾਫੀ ਕੁਛ ਮੈਨੂੰ ਲੱਗਦਾ ਉਹ ਸੀਨ ਨੇ ਬਿਨਾਂ ਕੁਛ ਕਹੇ ਕਾਫੀ ਕੁਛ ਸਮਝਾ ਦੇਣਾ ਵੀ ਅਸਲ 'ਚ ਆਪਾਂ ਕਿਸ ਚੀਜ਼ ਪਿੱਛੇ ਭੱਜੇ ਫਿਰਦੇ ਹਾਂ। ਆਪਾਂ ਕਈ ਵਾਰੀ ਟੀਚੇ ਜਾਂ ਟਾਰਗੇਟ ਆਪਣੀ ਜ਼ਿੰਦਗੀ ਦੇ ਬੜੇ ਛੋਟੇ ਮਿਥ ਲੈਂਦੇ ਹਾਂ। ਆਪਾਂ ਮਿਥ ਲੈਂਦੇ ਹਾਂ ਵੀ ਯਾਰ ਮੈਨੂੰ ਨਾ ਟੈਂਥ 'ਚ ਮੇਰੇ ਸਮਝ ਲਓ ਵੀ 80% ਨੰਬਰ ਆ ਜਾਣ, ਬਟ ਉਹ ਕਿਉਂ ਅਤੇ ਉਹਦੇ ਨਾਲ ਮੈਂ ਕੀ ਕਰੂੰਗਾ, ਉਹਦੀ ਮੈਨੂੰ ਕੀ ਵਰਥ ਆ ਅਤੇ ਮੈਨੂੰ ਉਸ 80% ਦੀ ਮੇਰੇ ਆਸ ਪਾਸ ਕੀ ਵਰਥ ਆ, ਉਹਦੀ ਤਾਂ ਕੋਈ ਆਪਾਂ ਨੂੰ ਸਮਝ ਨਹੀਂ ਹੁੰਦੀ। ਸੋ ਉਹ ਪੋਜ਼ਿਟਿਵਿਟੀ ਦੀ ਜਿਹੜੀ ਮੈਂ ਗੱਲ ਕਰਦਾ ਨਾ ਐਟ ਦਾ ਐਂਡ, ਉਹ ਪੋਜ਼ਿਟਿਵਿਟੀ ਇੱਕ ਅਲੱਗ ਚੀਜ਼ ਆ, ਮੋਟੀਵੇਸ਼ਨ ਇੱਕ ਅਲੱਗ ਚੀਜ਼ ਆ, ਐਂਟਰਟੇਨਮੈਂਟ ਅਲੱਗ ਚੀਜ਼ ਆ, ਪੋਜ਼ਿਟਿਵਿਟੀ ਅਲੱਗ ਚੀਜ਼ ਆ, ਉਹ ਨਾਲ ਪੋਜ਼ਿਟਿਵਿਟੀ ਵੀ ਆ। ਅੱਛਾ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਦੀ ਗੱਲ ਕਰ ਰਹੇ ਹੋ, ਤੁਹਾਨੂੰ ਕਿੰਨਾ ਇਸ ਚੀਜ਼ 'ਚ ਬਿਲੀਵ ਕਰਦੇ ਹੋ ਕਿ ਸਾਨੂੰ ਹਰ ਚੀਜ਼ ਦੇ ਵਿੱਚ ਹਰ ਗੱਲ ਦੇ ਵਿੱਚ ਪੋਜ਼ਿਟਿਵ ਰਹਿਣਾ, ਪੋਜ਼ਿਟਿਵ ਥਿੰਕਿੰਗ ਰੱਖਣਾ ਸਾਡੇ ਸਾਰਿਆਂ ਦੇ ਲਈ, ਸਾਡੀ ਆਮ ਜ਼ਿੰਦਗੀ ਦੇ ਲਈ ਬੜਾ ਜ਼ਰੂਰੀ ਹੈ? ਜ਼ਰੂਰੀ ਵੀ ਹੈ ਤੇ ਔਖਾ ਵੀ ਬਹੁਤ ਆ, ਬਹੁਤ ਔਖਾ ਹੈ। ਇਹ ਗੱਲ ਕਹਿਣੀ ਬੜੀ ਸੌਖੀ ਆ, ਪੋਜ਼ਿਟਿਵ ਰਹੋ ਪੋਜ਼ਿਟਿਵ ਰਹੋ, ਮੈਂ ਐਂ ਥੋੜੀ ਵੀ ਮੈਂ 24 ਘੰਟੇ ਪੋਜ਼ਿਟਿਵ ਰਹਿੰਦਾ, ਮੈਂ ਵੀ ਨੈਗੇਟਿਵ ਹੋ ਜਾਂਦਾ, ਹਰੇਕ ਬੰਦਾ ਹੋ ਜਾਂਦਾ, ਡਿਸਅਪੁਆਇੰਟ ਹੋ ਜਾਂਦਾ, ਤੇ ਬੜੀਆਂ ਥਾਂ ਇੱਦਾਂ ਦੀਆਂ ਹੁੰਦੀਆਂ ਨੇ ਜਿੱਥੇ ਬੰਦੇ ਨੂੰ ਐਂ ਲੱਗਦਾ ਵੀ ਯਾਰ ਇਹ ਗਲਤ ਹੋ ਗਿਆ, ਇੱਦਾਂ ਨਹੀਂ ਸੀ ਹੋਣਾ ਚਾਹੀਦਾ, ਮੈਂ ਵੀ ਹੁੰਦਾ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਸਾਰੇ ਹੁੰਦੇ ਆ, ਬਟ ਤੁਸੀਂ ਉਹਨੂੰ ਟਾਈਮ ਦੇ ਨਾਲ ਓਵਰਕਮ ਵੀ ਕਰਨਾ, ਉਸੇ ਫੀਲਿੰਗ ਦੇ ਵਿੱਚ ਆਪਾਂ ਸਾਰੀ ਜ਼ਿੰਦਗੀ ਤਾਂ ਨਹੀਂ ਕੱਢ ਸਕਦੇ। ਸ਼ਾਇਦ ਆਪਣੀ ਜ਼ਿੰਦਗੀ 'ਚ ਬਹੁਤ ਚੀਜ਼ਾਂ ਮਾੜੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਲੱਗਦੀਆਂ ਉਸ ਵਕਤ ਵੀ ਹਾਂ ਯਾਰ ਬਹੁਤ ਮਾੜਾ ਹੋਇਆ, ਹੈ ਨਾ, ਬਟ ਜੇ ਉੱਥੇ ਆਪਣੇ ਦਿਮਾਗ ਨੂੰ ਇਹ ਸਮਝਾ ਲਿਆ ਜਾਵੇ, ਦਿਲ ਨੂੰ ਇਹ ਸਮਝਾ ਲਿਆ ਜਾਵੇ ਵੀ ਯਾਰ ਸ਼ਾਇਦ ਆਪਣੇ ਇਹ ਚੰਗੇ ਲਈ ਹੀ ਹੋਇਆ ਹੋਊ, ਤਾਂ ਉਹ ਉਹਦੇ ਨਾਲ ਥੋੜੀ ਜ਼ਿੰਦਗੀ ਥੋੜੀ ਜਿਹੀ ਸੌਖੀ ਹੋ ਜਾਂਦੀ ਹੈ ਮੈਨੂੰ ਇੱਦਾਂ ਲੱਗਦਾ, ਕਿਉਂਕਿ ਆਪਣੇ ਆਸ ਪਾਸ ਵੈਸੀ ਹੇਟ ਵੈਸੇ ਹੀ ਨੈਗੇਟਿਵਿਟੀ ਬਹੁਤ ਜ਼ਿਆਦਾ, ਉਹ ਸ਼ੁਰੂ ਜੇ ਤੁਸੀਂ ਪੋਜ਼ਿਟਿਵਿਟੀ ਸਪਰੈਡ ਕਰਨੀ ਆ ਜਾਂ ਕੋਈ ਚੰਗੀ ਗੱਲ ਕਰਨੀ ਆ ਸੋਸਾਇਟੀ 'ਚ, ਤਾਂ ਉਹ ਤੁਹਾਨੂੰ ਆਪਣੇ ਆਪ ਤੋਂ ਸ਼ੁਰੂ ਕਰਨੀ ਪੈਣੀ ਆ, ਬੜਾ ਸਿੰਪਲ ਛੋਟੀ ਜਿਹੀ ਗੱਲ ਆ। ਤੁਸੀਂ ਕਾਰ ਜਾਂ ਬਾਈਕ 'ਤੇ ਕਿਤੇ ਜਾਂਦੇ ਹੋਵੋ ਨਾ, ਸੜਕ 'ਤੇ ਮੈਨੂੰ ਲੱਗਦਾ ਤੁਹਾਡਾ 20-25 ਮਿੰਟ ਦਾ ਸਫ਼ਰ ਵੀ ਨਹੀਂ ਹੁੰਦਾ ਜਿਹਦੇ 'ਚ ਤੁਸੀਂ ਕਿਸੇ ਨਾ ਕਿਸੇ ਨਾਲ ਖਹਿ ਜਾਂਦੇ ਹੋ, ਬਿਨਾਂ ਖਹਿ ਹੀ ਖਹਿ ਜਾਂਦੇ ਹੋ, ਹੈ ਨਾ, ਤੁਹਾਨੂੰ ਗੁੱਸਾ ਆ ਜਾਂਦਾ ਕਿਸੇ ਨੇ ਕੁਛ ਕਰਤਾ, ਮਤਲਬ ਮੈਂ ਚੀਜ਼ ਬਾਹਰਲੇ ਮੁਲਕਾਂ 'ਚ ਬੜੀ ਮਹਿਸੂਸ ਕੀਤੀ, ਮੈਂ ਜ਼ਿਆਦਾ ਤਾਂ ਨਹੀਂ ਗਿਆ ਜਿੰਨਿਆਂ 'ਚ ਵੀ ਮੈਨੂੰ ਮੌਕਾ ਮਿਲਿਆ ਜਾਣ ਦਾ। ਅਸੀਂ ਲੋਕਾਂ ਨੇ ਵੈਸਟਰਨ ਸੁਸਾਇਟੀ ਦਾ ਕਲਚਰ ਅਡੋਪਟ ਕਰ ਲਿਆ, ਅਸੀਂ ਉਹਨਾਂ ਦਾ ਫੈਸ਼ਨ ਅਡੋਪਟ ਕਰ ਲਿਆ, ਮਿਊਜ਼ਿਕ ਅਡੋਪਟ ਕਰ ਲਿਆ, ਰਹਿਣ ਸਹਿਣ, ਪਰ ਜਿਹੜੀ ਉਹਨਾਂ ਦੀ ਉਦਾਰਤਾ ਕਹਿ ਲਓ ਜਾਂ ਜਿਹੜੀ ਉਹਨਾਂ ਦੀ ਪੋਜ਼ਿਟਿਵਿਟੀ ਆ, ਉਹ ਚੀਜ਼ ਨਹੀਂ ਆਪਾਂ ਹਜੇ ਮੇਰੇ ਹਿਸਾਬ ਨਾਲ ਲੈ ਕੇ ਆ ਸਕੇ। ਜੇ ਉਹ ਇੱਕ ਦੂਜੇ ਨੂੰ ਜਾਂ ਜਦੋਂ ਇੱਕ ਦੂਜੇ ਨੂੰ ਦੇਖਦੇ ਆ ਨਾ, ਜਿਹੜੀ ਸਮਾਈਲ ਪਾਸ ਕਰਦੇ ਆ, ਉਹ ਖੁਸ਼ੀ ਸਪਰੈਡ ਹੁੰਦੀ ਆ, ਖੁਸ਼ੀ ਸਪਰੈਡ ਹੁੰਦੀ ਆ। ਇੱਥੇ ਤਾਂ ਆਪਾਂ ਤਿਉੜੀਆਂ ਪਾ ਲੈਂਦੇ ਇੱਕ ਦੂਜੇ ਨੂੰ ਦੇਖ ਕੇ, ਇਹ ਮੇਰੇ ਹਿਸਾਬ ਨਾਲ ਸਭ ਤੋਂ ਬੇਸਿਕ ਚੀਜ਼ ਆ, ਆਸ ਪਾਸ ਪੋਜ਼ਿਟਿਵਿਟੀ ਇੱਦਾਂ ਹੀ ਹੋਊ, ਦੇਖ ਨਾਲ ਇਹ ਨਿਕਲ ਜਾਂਦੇ ਆ। ਮਤਲਬ ਉਹੀ ਮੈਂ ਗੱਲ ਕਰਦਾ ਵੀ ਆਪਾਂ ਤਾਂ ਇੰਨਾ ਕੁ ਜ਼ਿਆਦਾ ਦਲਦਲ 'ਚ ਫਸੇ ਹੋਏ ਆ ਨਾ, ਤੇ ਆਪਾਂ ਨੂੰ ਇਹ ਸਾਡੀ ਫਿਲਮ ਇੱਕ ਫਿਲਮ ਆ, ਇੱਕ ਚੀਜ਼ ਆ, ਇੱਦਾਂ ਦੀਆਂ ਸਾਨੂੰ ਛੋਟੀਆਂ ਤੋਂ ਵੱਡੀਆਂ, ਗਾਣਿਆਂ ਤੋਂ ਫਿਲਮਾਂ ਤੱਕ, ਫਿਲਮਾਂ ਤੋਂ ਆਮ ਬੰਦਿਆਂ ਤੱਕ ਬਹੁਤ ਚੀਜ਼ਾਂ ਚਾਹੀਦੀਆਂ ਨੇ ਟੂ ਸਪਰੈਡ ਪੋਜ਼ਿਟਿਵਿਟੀ ਅਰਾਊਂਡ ਅਸ। ਬਿਲਕੁਲ, ਤੁਣਕਾ ਤੁਣਕਾ ਫਿਲਮ ਦੇ ਵਿੱਚ ਅਸੀਂ ਕਹਿ ਸਕਦੇ, ਵੈਸੇ ਤਾਂ ਕਿਸੇ ਵੀ ਫਿਲਮ ਦੇ ਵਿੱਚ ਜੇ ਪੂਰੀ ਟੀਮ ਦਾ ਸਾਥ ਨਾ ਹੋਵੇ, ਪੂਰੀ ਟੀਮ ਅੱਛੀ ਤਰ੍ਹਾਂ ਨਾਲ ਕੰਮ ਨਾ ਕਰੇ, ਤਾਂ ਉਹ ਪ੍ਰੋਡਕਟ ਉਸ ਤਰ੍ਹਾਂ ਨਾਲ ਨਹੀਂ ਬਣਦਾ। ਪ੍ਰੀ ਪ੍ਰੋਡਕਸ਼ਨ, ਪ੍ਰੋਡਕਸ਼ਨ, ਪੋਸਟ ਪ੍ਰੋਡਕਟ, ਕਿੰਨਾ ਕੁ ਬਲੈਸਡ ਆਪਣੇ ਆਪ ਨੂੰ ਤੁਸੀਂ ਮਹਿਸੂਸ ਕੀਤਾ ਕਿ ਜੋ ਜੋ ਤੁਹਾਡੇ ਸੁਪਨੇ ਸੀਗੇ, ਜਿਸ ਹਿਸਾਬ ਨਾਲ ਤੁਸੀਂ ਇਸ ਫਿਲਮ ਨੂੰ ਪ੍ਰੈਜੈਂਟ ਕਰਨਾ ਚਾਹੁੰਦੇ, ਡਿਲੀਵਰ ਕਰਨਾ ਚਾਹੁੰਦੇ ਸੀ ਟੀਮ ਦੇ ਨਾਲ, ਉਹ ਟੀਮ ਤੁਹਾਡੇ ਨਾਲ ਚੰਗੀ ਜੁੜਦੀ ਗਈ ਤੇ ਚੰਗੇ ਬੰਦੇ ਤੁਹਾਡੇ ਨਾਲ। ਇਹ ਤੁਹਾਡਾ ਵੈਸੇ ਮਤਲਬ ਪੁਆਇੰਟ ਬੜਾ ਸਹੀ ਆ। ਗੱਲ ਇਸ ਵਕਤ ਜਿਹੜੀ ਹੋ ਰਹੀ ਆ ਉਹ ਸਮਝੋ ਵੀ ਕਿਉਂਕਿ ਪੋਸਟਰਸ ਦੀ ਲੁੱਕ ਇੱਦਾਂ ਦੀ ਜਾਂ ਮੇਰੀ ਲੁੱਕ ਉੱਦਾਂ ਦੀ ਆ ਵੀ ਹਾਂ ਇਹ ਹਰਦੀਪ ਨੇ ਮਿਹਨਤ ਕੀਤੀ ਜਾਂ ਬੋਡੀ ਟਰਾਂਸਫੋਰਮੇਸ਼ਨ ਕੀਤੀ, ਪਰ ਮੈਂ ਸਮਝਦਾ ਵੀ ਜੇ ਮੈਂ ਬੋਡੀ ਟਰਾਂਸਫੋਰਮੇਸ਼ਨ ਕਰ ਵੀ ਲੈਂਦਾ, ਮੈਂ ਮਿਹਨਤ ਕਰ ਵੀ ਲੈਂਦਾ, ਜੇ ਉਹਨੂੰ ਅਸੀਂ ਪ੍ਰੈਜੈਂਟ ਹੀ ਸਹੀ ਤਰੀਕੇ ਨਾ ਕਰ ਪਾਉਂਦੇ ਫਿਰ ਉਹਦਾ ਕੋਈ ਫਾਇਦਾ ਵੀ ਨਹੀਂ, ਹੈ ਨਾ। ਲੋਕਾਂ ਨੇ ਜੇ ਥੀਏਟਰ 'ਚ ਜਾਣਾ, ਉਹਨਾਂ ਨੇ ਇਕੱਲੀ ਮੇਰੀ ਟਰਾਂਸਫੋਰਮੇਸ਼ਨ ਥੋੜ੍ਹੀ ਦੇਖਣ ਜਾਣਾ, ਉਦੋਂ ਦੇਖ ਲਈ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਦੇਖ ਲਈ, ਅਸੀਂ ਆਪਣੀ ਮੇਰੀ ਟਰਾਂਸਫੋਰਮੇਸ਼ਨ ਦੀ ਜਰਨੀ ਵੀ ਯੂਟਿਊਬ 'ਤੇ ਪਾਤੀ, ਉਹ ਤਾਂ ਸਾਰਾ ਕੁਛ ਹੋ ਗਿਆ। ਅਸਲ 'ਚ ਗੱਲ ਤਾਂ ਕਹਾਣੀ ਦੀ ਆ ਨਾ, ਜੇ ਅਸੀਂ ਕਹਾਣੀ ਨਹੀਂ ਸੁਣਾ ਸਕੇ, ਅਸਲ ਐਂਡ ਆਫ ਦ ਡੇ ਅਸੀਂ ਬਣਾਈ ਤਾਂ ਇੱਕ ਮੂਵੀ ਬਣਾਈ ਆ, ਗੱਲ ਉਹਨਾਂ ਕਰੈਕਟਰਾਂ ਦੀ ਹੋਣੀ ਆ, ਗੱਲ ਮੇਰੀ ਨਹੀਂ ਹੈਗੀ। ਸੋ ਮੈਂ ਲੱਕੀ ਸਮਝਦਾ, ਬਲੈਸਡ ਸਮਝਦਾ ਕਿ ਜਿਹੜੀ ਟੀਮ ਮੈਨੂੰ ਮਿਲੀ ਨਾ ਕੰਮ ਕਰਨ ਲਈ, ਜਿੰਨੇ ਵੀ ਬੰਦੇ ਮਿਲੇ ਟੈਕਨੀਕਲ ਤੋਂ ਲੈ ਕੇ ਜਿੰਨੇ ਪੋਸਟ ਦੇ ਬੰਦੇ ਜਿੰਨੇ ਵੀ ਮਿਲੇ ਬੰਬੇ ਵਾਲੇ ਵੀ, ਉਹ ਸਾਰਿਆਂ ਨੇ ਦਿਲੋਂ ਕੰਮ ਕੀਤਾ ਇਸ ਪ੍ਰੋਜੈਕਟ ਨਾਲ ਜੁੜ ਕੇ।
ਕਿਸੇ ਨੇ ਹਾਂ ਪੈਸਾ ਤਾਂ ਚਲੋ ਜਿਹੜੀ ਫੀਸ ਜਾਂ ਚਾਰਜਸ ਜਿਹੜੇ ਹੁੰਦੇ ਆ ਹਰੇਕ ਬੰਦੇ ਦੇ ਬਣਦੇ ਆ ਉਹ ਹਰੇਕ ਬੰਦੇ ਨੂੰ ਚਲੋ ਮਿਲੇ ਆ ਉਹ ਡਿਫਰੈਂਟ ਗੱਲ ਆ ਪਰ ਪੈਸੇ ਤੋਂ ਵੱਧ ਕੇ ਕੰਮ ਕੀਤਾ ਉਹਨਾਂ ਨੇ ਮੇਰੇ ਹਿਸਾਬ ਨਾਲ ਉਹ ਉਹ ਚੀਜ਼ ਦਾ ਰਿਜ਼ਲਟ ਮੈਂ ਮੰਨਦਾ ਕਿ ਹੁਣ ਆਪਾਂ ਹੁਣ ਤੱਕ ਪੋਸਟਰ ਜਾਂ ਟੀਜ਼ਰ ਜਾਂ ਟ੍ਰੇਲਰ ਜਾਂ ਬੋਡੀ ਟ੍ਰਾਂਸਫਰਮੇਸ਼ਨ ਦੀ ਹੀ ਗੱਲ ਕੀਤੀ ਆ ਜਿਹਦੀਆਂ ਇੰਟਰਵਿਊ 'ਚ ਹੋਈ ਆ ਮੈਂ ਸਮਝਦਾ ਵੀ 5 ਤਰੀਕ ਤੋਂ ਬਾਅਦ ਇਹ ਕਹਾਣੀ ਦੀ ਗੱਲ ਹੋਣੀ ਚਾਹੀਦੀ ਆ ਜਿਹੜੀ ਕਹਾਣੀ ਅਸੀਂ ਬਣਾਈ ਆ ਬਿਲਕੁਲ ਸੈੱਟ ਦੇ ਉੱਤੇ ਕਿਵੇਂ ਦਾ ਮਾਹੌਲ ਹੁੰਦਾ ਸੀ ਤਮੀਬ ਤੁਹਾਡੇ ਨਾਲ ਸੀ ਹਸ਼ਨੀ ਕੈਰੀ ਖੱਟਣਾ ਇਹਨਾਂ ਸਾਰਿਆਂ ਨਾਲ ਜਦੋਂ ਦੇਖਦੇ ਹਾਂ ਨਾ ਅਸੀਂ ਬੈਕ ਸਕਰੀਨ ਇਹਨਾਂ ਨੂੰ ਦੇਖੀਏ ਤੇ ਸਾਰੇ ਬੜੇ ਖੁਸ਼ਨਵਾ ਰਹਿਣ ਵਾਲੇ ਇਨਸਾਨ ਹੈ ਹਾਂ ਨਹੀਂ ਬੜਾ ਇਸ ਸੈੱਟ ਦੇ ਉੱਤੇ ਬੜਾ ਸ਼ਾਂਤਮਈ ਮਾਹੌਲ ਹੁੰਦਾ ਸੀ ਪਹਿਲੀ ਗੱਲ ਪਰਿਵਾਰ ਪਰ ਨਜਾਇਜ਼ ਨਹੀਂ ਸੀ ਹੁੰਦਾ ਟੇਕ ਹੋ ਜਾਣਾ ਹੱਸ ਖੇਡ ਕੇ ਗੱਲ ਕਰ ਲੈਣੀ ਜੀ ਦੂਸਰੀ ਗੱਲ ਲੇਟ ਨਹੀਂ ਸੀ ਹੁੰਦਾ ਸਾਡਾ ਸ਼ੂਟ ਮੈਂ ਪਹਿਲਾ ਬੰਦਾ ਹੁੰਦਾ ਸੀ ਸਮਝ ਲਓ ਜਿਹਨਾਂ ਨੇ ਪਿੱਕ ਜਿਹਨੇ ਪਿੱਕ ਕਰਕੇ ਆਪਣੇ ਜਿਹੜੇ ਟੈਕਨੀਕਲ ਬੰਦੇ ਨੂੰ ਮੈਂ ਪਿੱਕ ਕਰਦਾ ਹੁੰਦਾ ਸੀ ਗੈਰੀ ਹੁਣੇ ਹੋ ਗਏ ਹੈ ਨਾ ਐਸੋਸੀਏਟ ਹੋ ਗਿਆ ਤੇ ਅਸਿਸਟੈਂਟ ਹੋ ਗਿਆ ਡਾਇਰੈਕਟਰ ਉਹਨਾਂ ਨੂੰ ਪਿੱਕ ਪੁੱਕ ਕਰਕੇ ਅਸੀਂ ਪਹੁੰਚ ਜਾਣਾ ਜਾ ਕੇ ਬਹਿ ਜਾਣਾ ਵੀ ਹਾਂ ਚਲੋ ਹੁਣ ਲਾਈਟਿੰਗ ਹੋ ਰਹੀ ਆ ਜਾਂ ਕੈਮਰਾ ਸੈੱਟ ਹੋ ਰਿਹਾ ਉਹਨਾਂ ਚਿਰ ਚਾਹ ਚੂਹ ਪੀ ਲੈਣੀ ਗੱਲਾਂ ਬਾਤਾਂ ਮਾਰ ਲੈਣੀਆਂ ਆਏ ਨਹੀਂ ਸੀ ਹਫੜਾ ਦਫੜੀ ਨਹੀਂ ਸੀ ਹੁੰਦੀ ਪਤਾ ਹੁੰਦਾ ਸੀ ਵੀ ਕਿਹੜਾ ਸੀਨ ਕਰਨਾ ਜੇ ਮੈਂ ਉਸ ਸੀਨ ਦੇ ਵਿੱਚ ਹੈਗਾ ਤਾਂ ਮੈਂ ਬੈਠਾ ਮੈਂ ਰੈਡੀ ਹਾਂ ਮੇਕਅਪ ਮੇਰਾ ਹੋ ਗਿਆ ਤੇ ਡੀ ਓ ਪੀ ਨੂੰ ਪਤਾ ਉਹਨੂੰ ਸਾਰੇ ਸੀਨ ਪਤਾ ਨੇ ਉਹਨੂੰ ਪਤਾ ਵੀ ਕਿੰਨੀਆਂ ਕਟਿੰਗਸ ਲੈਣੀਆਂ ਨੇ ਕਿਵੇਂ ਕਰਨਾ ਸੋ ਉਹ ਐਂ ਲੱਗਦਾ ਸੀ ਵੀ ਉਹ ਡਾਇਰੈਕਟਰ ਤੇ ਡੀ ਓ ਪੀ ਬੈਠੇ ਆ ਚਾਹ ਪੀ ਰਹੇ ਆ ਸ਼ੋਰਟ ਡਿਸਕਸ ਕਰ ਰਹੇ ਆ ਦੇਖ ਕੇ ਇਹ ਨਹੀਂ ਸੀ ਲੱਗਦਾ ਵੀ ਫਿਲਮ ਦੀ ਗੱਲ ਕਰਦੇ ਹੋਣਗੇ ਏਦਾਂ ਲੱਗਦਾ ਸੀ ਵੀ ਵੈਸੇ ਹੀ ਗੱਲਾਂ ਬਾਤਾਂ ਮਾਰਨ ਲੱਗੇ ਹੋਏ ਆ ਮਤਲਬ ਇੰਨਾ ਕੂਲ ਐਨਵਾਇਰਮੈਂਟ ਰਿਹਾ ਮਾੜੀ ਮੋਟੀ ਟੈਕਨੀਕਲ ਪ੍ਰੋਬਲਮਸ ਆਉਂਦੀਆਂ ਨੇ ਬਟ ਕੋਈ ਖਿਜਾ ਖੁਜੀ ਇੱਕ ਦੂਜੇ ਨਾਲ ਜਾਂ ਯਾਰ ਆਹ ਨੀ ਸਮਝ ਆ ਰਿਹਾ ਯਾਰ ਆਹ ਕਿਵੇਂ ਕਰਨਾ ਓਦਾਂ ਦੀਆਂ ਚੀਜ਼ਾਂ ਨਹੀਂ ਹੋਈਆਂ ਬਹੁਤ ਕੂਲ ਤਰੀਕੇ ਕੰਮ ਹੋਇਆ ਅੱਛਾ ਸ਼ੂਟਿੰਗ ਦੇ ਵਿੱਚ ਨਾ ਬੜੇ ਇੰਟਰਸਟਿੰਗ ਪਾਰਟ ਹੁੰਦਾ ਹੈ ਕਿ ਪੈਕਅਪ ਤੇ ਇਹ ਫਿਲਮ ਦਾ ਪੈਕਅਪ ਤਾਂ ਜਦੋਂ ਮੈਨੂੰ ਲੱਗਦਾ ਟੀਮ ਦੇ ਸਾਹਮਣੇ ਕਿ ਹੁਣ ਫਾਈਨਲ ਪੈਕਅਪ ਹੋ ਗਿਆ ਇਹ ਸਹੀ ਹੈ ਇਹ ਤਾਂ ਪਤਾ ਨਹੀਂ ਕਿੰਨੀ ਵਾਰੀ ਪੈਕਅਪ ਹੋਇਆ ਅਸਲ ਦੋ ਯਾਰ ਦੇਖੋ ਤੁਸੀਂ 17 ਤੋਂ ਲੈ ਕੇ ਲਾਸਟ ਵੀ ਨਾ ਅਸੀਂ ਜਦੋਂ ਜਿਹੜਾ ਲਾਸਟ ਡੇ ਉਹ ਇੱਕ ਅਲੱਗ ਡੇ ਸੀਗਾ 2019 ਸਤੰਬਰ 28 ਨੂੰ ਅਸੀਂ ਲਾਸਟ ਸਕੈਜੂਲ ਦਾ ਸ਼ੂਟ ਸ਼ੁਰੂ ਕੀਤਾ ਸੀ ਹਾਂ 28 ਸਤੰਬਰ ਨੂੰ ਪਾਲਮਪੁਰ ਤੋਂ ਸ਼ੁਰੂ ਕੀਤਾ ਸੀ ਅਸੀਂ ਦੈਨ ਉਹ ਤੋਂ ਬਾਅਦ ਅਸੀਂ ਉਹਨਾਂ ਸਟ੍ਰੈਚ ਇੱਕ ਵਾਰੀ ਪਾਲਮਪੁਰ ਲਾਇਆ ਫਿਰ ਇੱਥੇ ਪੰਜਾਬ ਆ ਗਏ ਉੱਥੇ ਉਹਨਾਂ ਸਟ੍ਰੈਚ ਸ਼ੂਟ ਕਰਕੇ ਉਹ ਤੋਂ ਇੱਕ ਮਹੀਨੇ ਬਾਅਦ ਇੱਕ ਦਿਨ ਦਾ ਸ਼ੂਟ ਸੀ ਸਾਡਾ ਫੇਰ ਮਤਲਬ ਉਹ ਇੱਕ ਦਿਨ ਵੀ ਰਹਿੰਦਾ ਸੀਗਾ ਉਹ ਇੱਕ ਦਿਨ ਵੀ ਰਹਿੰਦਾ ਸੀ ਪਲੱਸ ਉਸ ਤੋਂ ਬਾਅਦ ਇੱਕ ਦਿਨ ਦਾ ਸ਼ੂਟ ਉਹ ਇੱਕ ਸੀਨ ਅਸੀਂ ਕੀਤਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਵੀ ਲਾਸਟ ਸਾਡਾ ਸੀਨ ਆ ਤੇ ਉਹ ਜਦੋਂ ਲਾਸਟ ਸੀਨ ਕੀਤਾ ਫਿਰ ਐਂ ਵੀ ਹਾਂ ਯਾਰ ਹੁਣ ਰਹਿ ਤਾਂ ਨਹੀਂ ਗਿਆ ਕੁਛ ਲਾਸਟ ਆਪਣਾ ਪੈਕਅਪ ਹੋ ਗਿਆ ਨਾ ਪਰ ਉਹ ਚਲੋ ਵਧੀਆ ਜਰਨੀ ਰਹੀ ਸਾਰਿਆਂ ਨਾਲ ਮੈਂ ਸਪੋਟ ਬੋਏ ਤੋਂ ਲੈ ਕੇ ਜਿੰਨੇ ਉਸ ਤੋਂ ਬਾਅਦ ਵੀ ਮਿਲਦੇ ਹੁੰਦੇ ਸੀ ਜਾਂ ਆਪਣੇ ਲਾਈਟਿੰਗ ਵਾਲੇ ਹੋ ਗਏ ਹਨਾ ਜਾਂ ਕੈਮਰੇ ਵਾਲੇ ਹੋ ਗਏ ਉਹ ਸਾਰੇ ਫੈਮਿਲੀ ਦੀ ਬਣ ਜਾਂਦੀ ਹੁੰਦੀ ਆ ਬਿਲਕੁਲ ਹਕੀਬ ਗਰੇਵਾਲ ਜੀ ਤੁਹਾਡੀ ਪਰਸਨੈਲਿਟੀ ਨਾ ਕਹਿ ਸਕਦੇ ਹਾਂ ਕਿ ਬੜੀ ਸੀਰੀਅਸ ਵੀ ਹੈ ਤੇ ਉਸੇ ਟਾਈਮ ਐਂਟਰਟੇਨਿੰਗ ਵੀ ਹੈ ਉਸੇ ਟਾਈਮ ਤੇ ਸਮਝਦਾਰ ਵੀ ਹੈ ਤੇ ਉਸੇ ਟਾਈਮ ਤੇ ਇੱਕ ਬੱਚਾ ਵੀ ਹੈ ਕਹਿੰਦੇ ਆ ਲਾਈਫ ਦੇ ਐਕਸਪੀਰੀਅੰਸਿਸ ਦੇ ਨਾਲ ਇਨਸਾਨ ਬਣਦਾ ਜਾਂਦਾ ਹੈ ਤੇ ਇਨਸਾਨ ਬਣਦਾ ਜਾਂਦਾ ਹੈ ਕਿੰਨੇ ਲਾਈਫ ਦੇ ਐਕਸਪੀਰੀਅੰਸਿਸ ਨੇ ਤੁਹਾਨੂੰ ਅੱਜ ਇੱਥੇ ਲਿਆ ਕੇ ਦੇਖੋ ਜੇ ਉਮਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉਮਰ ਤਾਂ ਕੋਈ ਇੰਨੀ ਜ਼ਿਆਦਾ ਨਹੀਂ ਹੈਗੀ ਵੀ ਜਿਹੜਾ ਆਪਾਂ ਕਹੀਏ ਵੀ ਲਾਈਫ ਦਾ ਬਹੁਤ ਐਕਸਪੀਰੀਅੰਸ ਹੋ ਗਿਆ ਕਿੰਨਾ ਟਾਈਮ ਤਾਂ ਆਪਾਂ ਬਚਪਨ 'ਚ ਸਕੂਲ 'ਚ ਹੀ ਕੱਢ ਦਿੰਦੇ ਹਾਂ ਨਾ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕੁਛ ਬਟ ਇਹ ਕਿਸੇ ਦਾ ਨੇਚਰ ਹੁੰਦਾ ਮੇਰੇ ਹਿਸਾਬ ਨਾਲ ਹਰ ਇੱਕ ਬੰਦੇ ਦਾ ਆਪਣਾ ਨੇਚਰ ਹੁੰਦਾ ਕੋਈ ਬੰਦਾ ਬਹੁਤ ਜੌਲੀ ਹੁੰਦਾ ਹੈ ਨਾ ਤੇ ਕੋਈ ਬੰਦਾ ਬਹੁਤ ਜਿਵੇਂ ਕੰਪਲੀਟਲੀ ਸੀਰੀਅਸ ਹੁੰਦਾ ਬਹੁਤ ਜ਼ਿਆਦਾ ਮੇਰਾ ਥੋੜ੍ਹਾ ਜਿਹਾ ਓਬਜ਼ਰਵਿੰਗ ਜਿਹਾ ਨੇਚਰ ਆ ਇੰਟਿਊਸ਼ਨ ਹੋ ਜਾਂਦੀ ਹੈ ਪਹਿਲੀ ਵਾਰੀ ਮਿਲਿਆ ਹੋਊਗਾ ਤਾਂ ਵੀ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਕਿੱਥੇ ਕੁ ਤੱਕ ਦਾ ਬੰਦਾ ਹੈਗਾ ਓਨਾ ਕੁ ਉਨੀ ਕੁ ਸੈਂਸ ਪਤਾ ਨੀ ਜ਼ਿਆਦਾ ਹੀ ਕੁਛ ਹੋਣ ਲੱਗ ਗਈ ਕਈ ਵਾਰੀ ਮੈਂ ਰੋਕਦਾ ਹੁੰਦਾ ਆਪਣੇ ਆਪ ਨੂੰ ਵੀ ਡੋਂਟ ਬੀ ਸੋ ਜੱਜਮੈਂਟਲ ਬਟ 99% ਉਹ ਚੀਜ਼ ਸੱਚ ਨਿਕਲੇ ਆਉਂਦੀ ਆ ਛੇ ਮਹੀਨੇ ਬਾਅਦ ਨਿਕਲੇ ਚਾਹੇ ਸਾਲ ਬਾਅਦ ਨਿਕਲੇ ਉਹ ਆਬਜ਼ਰਵੇਸ਼ਨਸ ਜਿਹੜੀਆਂ ਨੇ ਮੈਨੂੰ ਲੱਗਦਾ ਮੈਨੂੰ ਸਕੂਲ ਟਾਈਮ ਤੋਂ ਜਦੋਂ ਤੋਂ ਹੋਸ਼ ਸੰਭਾਲੀ ਆ ਕੁਛ ਚੀਜ਼ਾਂ ਦੀ ਆਦਤ ਜੀ ਪਈ ਹੋਈ ਆ ਹੋਰ ਤਾਂ ਕੋਈ ਐਡੀ ਗੱਲ ਨਹੀਂ ਕੁਛ ਚੀਜ਼ਾਂ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਮਜ਼ਾਕੀਆ ਮੈਂ ਕਰਾਂ ਥੋੜ੍ਹਾ ਜਿਹਾ
ਮੇਰੇ ਤੋਂ ਹੁੰਦੀਆਂ ਨਹੀਂ, ਗੱਲ ਵੱਖਰੀ ਆ, ਮਾੜੀ ਮੋਟੀਆਂ ਕਰ ਲਈ ਦੀਆਂ, ਜਿਹੜੇ ਜਿਹੜੇ ਮੇਰੇ ਨਾਲ ਦੇ ਆ ਉਹਨਾਂ ਨੂੰ ਪਤਾ ਜੀ। ਬਿਲਕੁਲ, ਤੁਣਕਾ ਤੁਣਕਾ ਫਿਲਮ ਦੀ ਗੱਲ ਕਰ ਰਹੇ ਹਾਂ ਅਸੀਂ। ਤੁਣਕਾ ਤੁਣਕਾ ਫਿਲਮ ਦਾ ਐਕਚੁਅਲ 'ਚ ਇੱਕ ਹਾਈਪ ਕ੍ਰੀਏਟ ਹੋਇਆ। ਟ੍ਰੇਲਰ ਦਾ ਰਿਐਕਸ਼ਨ ਅਸੀਂ ਸਾਰਿਆਂ ਨੇ ਦੇਖਿਆ, ਲੋਕਾਂ ਦਾ ਦੇਖਿਆ, ਕਮੈਂਟ ਤੋਂ ਪਤਾ ਲੱਗਦਾ, ਲਾਈਕਸ ਤੋਂ ਪਤਾ ਲੱਗਦਾ। ਇੰਡਸਟਰੀ ਦੇ ਵਿੱਚ ਵੀ ਜਦੋਂ ਗੱਲ ਹੋਣ ਲੱਗ ਜਾਂਦੀ ਹੈ ਨਾ, ਤਾਂ ਉਹ ਪ੍ਰੋਜੈਕਟ ਦੇ ਉੱਤੇ ਨਜ਼ਰਾਂ ਟਿਕ ਜਾਂਦੀਆਂ। ਕਿਸੇ ਦੀ ਵੀ ਕਾਲ ਆਈ ਹੋਈ ਇੰਡਸਟਰੀ ਤੋਂ, ਕੋਈ ਵੀ ਇੱਕ ਪੋਸਟਰ ਜਾਂ ਟ੍ਰੇਲਰ ਦੇਖਣ ਤੋਂ ਬਾਅਦ ਪਹਿਲੀ ਕਾਲ ਕਿਸੇ ਦੀ ਆਈ ਹੋਈ ਜਾਂ ਥੋੜੇ ਦਿਨਾਂ ਬਾਅਦ ਇੰਡਸਟਰੀ 'ਚੋਂ ਕਿਸੇ ਨੇ ਗੱਲ ਕੀਤੀ ਹੋਈ ਇਸ ਫਿਲਮ ਨੂੰ ਲੈ ਕੇ, ਕੋਈ ਵੀ। ਸਭ ਤੋਂ ਪਹਿਲਾਂ ਮੈਨੂੰ ਲੱਗਦਾ ਪੋਸਟਰਸ ਤੇ ਕਮੈਂਟ ਹੋਣੇ ਸ਼ੁਰੂ ਹੋਏ ਸੀਗੇ, ਜਿਵੇਂ ਧੀਰਜ ਨੇ ਕਮੈਂਟ ਕੀਤਾ ਸੀ, ਧੀਰਜ ਕੁਮਾਰ ਨੇ ਕਮੈਂਟ ਕੀਤਾ ਸੀ, ਦੈਨ ਜਗਜੀਤ ਸੰਧੂ ਨੇ ਕਮੈਂਟ ਕੀਤਾ ਸੀ, ਦੈਨ ਤਾਨਿਆਂ ਨੇ ਵੀ ਕਮੈਂਟ ਕੀਤਾ ਸੀ, ਉਹ ਅੱਗ ਜੀ ਬਣਾ ਕੇ ਪਾਈ ਸੀਗੀ। ਤੇ ਉਸ ਤੋਂ ਬਾਅਦ ਜਗਦੀਪ ਸਿੱਧੂ ਬਾਈ ਜਿਹੜੇ ਡਾਇਰੈਕਟਰ ਨੇ ਆਪਣੇ, ਉਹਨਾਂ ਨੇ ਪੋਸਟਰ ਸ਼ੇਅਰ ਕੀਤਾ ਸੀ, ਹਾਂ ਪੋਸਟਰ ਸ਼ੇਅਰ ਕਰਕੇ ਮੈਨੂੰ ਮੈਨਸ਼ਨ ਕੀਤਾ ਸੀ। ਅਰਵਿੰਦਰ ਖਹਿਰਾ ਬਾਈ, ਮਤਲਬ ਇਹਨਾਂ ਲੋਕਾਂ ਨੂੰ ਮੈਂ ਕਦੇ ਮਿਲਿਆ ਨਹੀਂ, ਮੈਂ ਜਿਹਨਾਂ ਦਾ ਨਾਮ ਮੈਂ ਨਾਮ ਲੈ ਰਿਹਾ, ਮੈਂ ਇਹਨਾਂ ਨੂੰ ਕਦੇ ਮਿਲਿਆ ਨਹੀਂ, ਨਾ ਮੇਰੀ ਕਦੇ ਗੱਲ ਹੋਈ ਹੈ ਇਹਨਾਂ ਨਾਲ। ਤੇ ਉਹਨਾਂ ਨੇ ਪੋਸਟਰ ਸ਼ੇਅਰ ਕੀਤਾ, ਐਪਰੀਸ਼ੀਏਟ ਕੀਤਾ। ਦੈਨ 4-5 ਦਿਨ ਪਹਿਲਾਂ ਦੀ ਗੱਲ ਆ, ਮੈਨੂੰ ਕਰਮਜੀਤ ਅਨਮੋਲ ਭਾਈ ਦਾ ਫੋਨ ਆਇਆ, ਕਿਸੇ ਤੋਂ ਨੰਬਰ ਲੈ ਕੇ ਉਹਨਾਂ ਨੇ ਮੈਨੂੰ ਫੋਨ ਕੀਤਾ, ਉਹਨਾਂ ਨੇ ਐਪਰੀਸ਼ੀਏਟ ਕੀਤਾ। ਉਹ ਕਹਿੰਦੇ ਪਹਿਲਾਂ ਤਾਂ ਮੈਨੂੰ ਐਂ ਲੱਗਿਆ ਵੀ ਯਾਰ ਆਹ ਪੋਸਟਰ, ਮੈਨੂੰ ਪੋਸਟਰ ਤਾਂ ਲੱਗ, ਮੈਨੂੰ ਕਹਿੰਦੇ ਲੱਗਿਆ ਵੀ ਕੋਈ ਬਿਮਾਰ ਜਿਹਾ ਬੰਦਾ, ਕੋਈ ਹੈ, ਕੋਈ ਚੱਕਰ, ਕੋਈ ਹੋਰ, ਕਹਿੰਦੇ ਪਹਿਲਾਂ ਮੈਂ ਥੋੜ੍ਹਾ ਜਿਹਾ ਇਗਨੋਰ ਜਿਹਾ ਕੀਤਾ, ਫਿਰ ਜਦੋਂ ਮੈਨੂੰ ਹੋਰ ਦਿਖਿਆ ਜ਼ਿਆਦਾ ਤੇ ਫਿਰ ਮੈਂ ਪਤਾ ਕੀਤਾ, ਤਾਂ ਕਹਿੰਦੇ ਮੈਨੂੰ ਪਤਾ ਲੱਗਿਆ ਵੀ ਇਹ ਕੀ ਚੱਕਰ ਆ ਸਾਰਾ, ਫਿਰ ਉਹਨਾਂ ਨੇ ਫੋਨ ਕੀਤਾ। ਯਾਨੀ ਏਦਾਂ ਹੀ ਹਰਿੰਦਰ ਭੁੱਲਰ ਭਾਜੀ ਨੇ ਲਿਖਿਆ ਵੀ ਬੜਾ ਵਧੀਆ ਮੂਵੀ ਬਾਰੇ ਜਦੋਂ ਪੋਸਟਰ ਆਇਆ ਸੀਗਾ ਆਪਣਾ, ਤੇ ਉਹਨਾਂ ਨੇ ਵੀ ਮੈਨੂੰ ਫੋਨ ਕੀਤਾ। ਯਾਨੀ ਏਦਾਂ ਟੈਕਨੀਕਲ ਬੰਦੇ ਕਹਿ ਲਓ ਜਾਂ ਆਰਟਿਸਟਿਕ ਜਿਹੇ ਬੰਦੇ ਕਹਿ ਲਓ, ਜਿਹੜੇ ਸੱਚੀ ਆਰਟ ਨੂੰ ਪਿਆਰ ਕਰਦੇ ਆ, ਕੰਮ ਨੂੰ ਪਿਆਰ ਕਰਦੇ ਆ, ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ, ਸ਼ੇਅਰ ਵੀ ਕੀਤਾ, ਗੱਲ ਵੀ ਕੀਤੀ, ਤੇ ਵਧੀਆ ਲੱਗਦਾ, ਫਿਰ ਚੰਗਾ ਲੱਗਦਾ। ਜਦੋਂ ਸਰਗੁਣ ਮਹਿਤਾ ਨੇ ਪਿੱਛੇ ਜੇ ਥੋੜੇ ਦਿਨ ਪਹਿਲਾਂ ਹੀ ਸ਼ੇਅਰ ਕੀਤਾ ਸੀ, ਸਟੋਰੀ ਪਾਈ ਸੀ, ਫਿਰ ਉਹ ਚੀਜ਼ਾਂ ਵਧੀਆ ਲੱਗਦੀਆਂ ਵੀ ਹਾਂ ਨਾ, ਚੰਗੇ ਬੰਦਿਆਂ ਤੱਕ ਪਹੁੰਚਦੀਆਂ ਨੇ ਜਦੋਂ। ਬਿਲਕੁਲ, ਅੱਛਾ ਇੰਨਾ ਚੰਗੀ ਫੀਲਿੰਗ ਦੇ ਨਾਲ ਵਧਦਾ ਤੇ ਲੋਕਾਂ ਦੀ ਗੱਲ ਹੋ ਗਈ, ਹੁਣ ਇੰਡਸਟਰੀ 'ਚ ਵੀ ਗੱਲ ਹੋ ਗਈ, ਉਹ ਪ੍ਰੈਸ਼ਰ ਤੁਹਾਨੂੰ ਫੀਲ ਹੁੰਦਾ ਕਿ ਮੈਂ, ਹਾਂ ਮੈਂ ਤਾਂ ਹੀ ਤੁਹਾਨੂੰ ਪਹਿਲੇ ਜਦੋਂ ਕਿਹਾ, ਮੈਂ ਇਹੀ ਗੱਲ ਤਾਂ ਹੀ ਮੈਂ ਤੁਹਾਨੂੰ ਕਹੀ ਨਾ ਵੀ ਹੁਣ ਕੀ ਆ, ਸਾਨੂੰ ਇੰਨਾ ਪਤਾ ਵੀ ਲੋਕਾਂ ਨੂੰ ਵੀ ਪਤਾ, ਇੰਡਸਟਰੀ ਨੂੰ ਵੀ ਪਤਾ, ਸਾਰੇ ਉਹ ਐਂ ਨਹੀਂ ਹੁੰਦਾ ਐਂ ਕਰਕੇ ਨਹੀਂ ਬੈਠੇ ਹੁੰਦੇ, ਇੱਦਾਂ ਕਰਕੇ ਬੈਠੇ ਹੁੰਦੇ ਆ, ਹਨਾ, ਸਾਰੇ ਇੱਦਾਂ ਕਰਕੇ ਬੈਠੇ ਆ, ਉਹ ਚੀਜ਼ ਹੁਣ ਉਹਦੀ ਜ਼ਿੰਮੇਵਾਰੀ ਕਹਿ ਲਓ, ਹਨਾ। ਹਾਲਾਂਕਿ ਚਲੋ ਆਪਣੀ ਆਪਣੇ ਤੌਰ ਤੇ ਅਸੀਂ ਪ੍ਰੋਜੈਕਟ ਵਧੀਆ ਬਣਾਇਆ, ਬਟ ਇੱਕ ਜ਼ਿੰਮੇਵਾਰੀ ਨਹੀਂ ਆ ਜਾਂਦੀ ਤੁਹਾਡੇ ਤੇ, ਪ੍ਰੈਸ਼ਰ ਆ ਜਾਂਦਾ ਕਿ ਸਾਰੇ ਤੁਹਾਡੇ ਵੱਲ ਹੀ ਦੇਖ ਰਹੇ ਆ, ਉੱਥੇ ਕੀ ਆ ਫਿਰ ਤੁਹਾਡੇ ਪ੍ਰੋਡਕਟ ਦਾ ਵਧੀਆ ਪਰਫਾਰਮ ਕਰਨਾ ਕ੍ਰਿਟੀਕਲੀ ਐਂਡ ਫਾਈਨੈਂਸ਼ੀਅਲੀ, ਇਹ ਦੋਨੇ ਚੀਜ਼ਾਂ ਜ਼ਰੂਰੀ ਹੋ ਜਾਂਦੀਆਂ ਨੇ। ਯਾਨੀ ਜੇ ਆਪਾਂ ਗੱਲ ਕ੍ਰਿਟੀਕਲੀ ਦੀ ਕਰੀਏ ਵੀ ਹਾਂ ਕ੍ਰਿਟੀਕਲੀ ਤੁਹਾਡੀ ਫਿਲਮ ਬਹੁਤ ਵਧੀਆ ਬਣੀ, ਬਹੁਤ ਵਧੀਆ ਯਾਰ, ਬਹੁਤ ਸੋਹਣਾ ਕੰਮ ਕੀਤਾ, ਸਾਰੇ ਵੈਰੀ ਗੁੱਡ ਹੋ ਜਾਵੇ, ਉਹਦੇ ਨਾਲ ਹੁਣ ਸਰਨਾ ਨਹੀਂ ਹੈਗਾ। ਫੋਰ ਅ ਚੇਂਜ, ਜੇ ਆਪਾਂ ਚੇਂਜ ਚਾਹੁੰਦੇ ਹਾਂ ਪੰਜਾਬੀ ਸਿਨੇਮੇ ਦੇ ਵਿੱਚ, ਤਾਂ ਫਾਈਨੈਂਸ਼ੀਅਲ ਪੁਆਇੰਟ ਬਹੁਤ ਮੈਟਰ ਕਰਦਾ। ਹਾਲਾਂਕਿ ਕੈਨੇਡਾ ਦੇ ਵਿੱਚ ਜਿਵੇਂ ਹਰਜਿੰਦਰ ਗਿੱਲ ਭਾਜੀ ਜੀ ਮੀਡੀਆ ਗਰੁੱਪ ਤੋਂ ਡਿਸਟ੍ਰੀਬਿਊਟ ਕਰ ਰਹੇ ਆ ਕੈਨੇਡਾ USA, ਐਡਵਾਂਸ ਬੁਕਿੰਗ ਖੁੱਲ ਗਈ ਸੀ ਉੱਥੇ 2-3 ਦਿਨ ਪਹਿਲਾਂ ਕੁਛ ਸਿਨੇਮਾਸ ਦੇ ਵਿੱਚ, ਤੇ ਉੱਥੇ ਦੇ ਕੁਛ ਸ਼ੋਜ਼ ਕੁਛ ਟਾਈਮਿੰਗ ਸੋਲਡ ਆਊਟ ਹੋ ਚੁੱਕੀਆਂ ਨੇ ਆਲਰੇਡੀ, ਤੇ ਕਟਨੀ ਪਾਰਕ ਪਤਾ ਨਹੀਂ ਕਿਹੜੇ ਕੀ ਨਾਮ ਆ, ਤੇ ਸਰੀ ਦਾ ਕੋਈ ਸਿਨੇਮਾ, ਸਰੀ ਵੱਲ ਦਾ ਕੋਈ ਸਿਨੇਮਾ, ਉਹ ਦੇ ਕੁਛ ਸ਼ੋਅ ਨੇ ਜਿਹੜੇ ਸੋਲਡ ਆਊਟ ਹੋ ਗਏ, ਕੁਛ 50-60% ਆਕੂਪਾਈਡ ਹੋ ਗਏ। ਯਾਨੀ ਚਲੋ ਉੱਥੋਂ ਫਿਰ ਪੋਜ਼ਿਟਿਵਿਟੀ ਵੀ ਆਉਂਦੀ ਆ, ਚੰਗਾ ਵੀ ਲੱਗਦਾ, ਹਨਾ, ਬਾਕੀ ਦੇਖੋ ਹੁਣ ਕੀ ਬਣਦਾ। ਬਹੁਤ ਸਾਰੀਆਂ ਬੈਸਟ ਵਿਸ਼ੇਸ ਤੁਹਾਨੂੰ। ਜਾਣ ਤੋਂ ਪਹਿਲਾਂ ਕਿਸੇ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਜਦੋਂ ਕੋਈ ਪ੍ਰੋਜੈਕਟ ਨਹੀਂ ਚੱਲਦਾ, ਉਹ ਪ੍ਰੋਜੈਕਟ ਨਾ ਚੱਲਣ ਤੇ ਬਹਾਨੇ ਲੱਭ ਲੈਂਦੇ ਆ, ਅਸੀਂ ਬਲੇਮ ਕਰਦੇ ਆ ਕਿਸੇ ਚੀਜ਼ ਤੇ ਕਿ ਆ ਠੀਕ ਬਹੁਤ ਬਹੁਤ ਜੀ ਜੀ। ਇਸ ਪ੍ਰੋਜੈਕਟ ਦੇ ਚੱਲਣ ਦਾ ਹੁਣ ਤੁਹਾਡੇ ਭਰੋਸਾ ਹੁੰਦਾ, ਇੱਕ ਮੇਨ ਦਾਵਾ ਤੁਹਾਡੇ ਕੋਲ ਕੀ ਹੈ ਤੇ ਲੋਕਾਂ ਨੂੰ, ਖਾਸ ਕਰਕੇ ਕੈਨੇਡਾ US ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਹ ਹਰਦੀਪ ਗਰੇਵਾਲ ਇਸ ਚੀਜ਼ ਦੀ ਗਾਰੰਟੀ ਦਿੰਦਾ ਹੈ ਪੰਜਾਬੀ ਫਿਲਮ ਤੁਣਕਾ ਤੁਣਕਾ ਬਾਰੇ? ਗੱਲ ਬੜੀ ਇੱਕ ਸਿੰਪਲ ਤੇ ਛੋਟੀ ਜੀ ਹੈ ਜੀ। ਜਦੋਂ ਕੋਈ ਇੱਕ ਬੰਦਾ ਆਪਣੇ ਸਰੀਰ ਨਾਲ ਇੰਨਾ ਧੱਕਾ ਕਰ ਸਕਦਾ,
ਤੁਸੀਂ ਮਿਹਨਤ ਕਹਿੰਦੇ ਹੋ, ਮਿਹਨਤ ਕਰ ਸਕਦਾ, ਦੈਨ ਉਹ ਉਸ ਚੀਜ਼ ਨੂੰ ਪ੍ਰੈਜੈਂਟ ਕਰਨ ਲਈ ਇੱਕ ਕਹਾਣੀ ਦੇ ਵਿੱਚ ਉਹ ਜਾਂ ਉਹਦੀ ਟੀਮ ਕੋਈ ਕੱਚ 1% ਵੀ ਛੱਡ ਨਹੀਂ ਸਕਦੀ। ਵੀ ਕਾਂਟ ਅਫੋਰਡ, ਮਤਲਬ ਮੈਨੂੰ ਲੱਗਦਾ ਵੀ ਸਾਡਾ ਪੈਸਾ ਇਕੱਲਾ ਦਾ ਤੇ ਨਹੀਂ ਸੀ ਲੱਗਿਆ, ਪੈਸਾ ਮੈਨੂੰ ਲੱਗਦਾ ਫਿਰ ਵੀ ਘਾਟਾ ਵਾਧਾ ਚੱਲ ਸਕਦਾ, ਬੰਦਾ ਚੱਲ ਸਕਦਾ। ਬਟ ਜਿਹੜੀ ਚੀਜ਼ ਹੋਰ, ਜਿਹੜਾ ਮੈਂ ਆਪਣਾ ਕੈਰੀਅਰ ਜਾਂ ਆਪਣੀ ਫਿਜ਼ੀਕਲ ਸਟੇਟਸ ਜਿਹੜਾ ਜਿੰਨਾ ਮੇਰਾ ਸੀ ਉਹ ਮੈਂ ਆਪਣਾ ਦਾਅ ਤੇ ਲਾਤਾ ਸੀ, ਫਿਰ ਉਹ ਕਹਾਣੀ ਕਹਾਣੀ ਦੀ ਬਣਤਰ ਜਾਂ ਉਸ ਪ੍ਰੋਡਕਟ ਦੀ ਕੁਆਲਿਟੀ 'ਚ ਅਸੀਂ ਕੰਪਰੋਮਾਈਜ਼ ਨਹੀਂ ਸੀ ਕਰ ਸਕਦੇ। ਜੇ ਉਹ ਸ਼ਾਇਦ ਤੁਸੀਂ ਚੀਜ਼ ਪੋਸਟਰਸ ਤੋਂ ਲੈ ਕੇ ਟੀਜ਼ਰ ਅਤੇ ਟ੍ਰੇਲਰ ਵਿੱਚ ਸ਼ਾਇਦ ਮੈਨੂੰ ਲੱਗਦਾ ਤੁਸੀਂ ਐਕਸਪੀਰੀਅੰਸ ਕੀਤੀ ਹੋਊ। ਟੈਕਨੀਕਲ ਪੁਆਇੰਟ ਆਫ ਵਿਊ ਤੋਂ ਸਾਡੇ ਟ੍ਰੇਲਰ ਦੇ ਵਿੱਚ ਕੋਈ ਗਾਣਾ ਨਹੀਂ ਸੀ। ਆਮ ਤੌਰ 'ਤੇ ਪੰਜਾਬੀ ਮੂਵੀਜ਼ ਦੇ ਟ੍ਰੇਲਰ ਦੇ ਵਿੱਚ 2-3 ਗਾਣਿਆਂ ਦੀਆਂ ਝਲਕਾਂ ਹੁੰਦੀਆਂ ਨੇ, ਸਾਡੀ ਟ੍ਰੇਲਰ ਦੇ ਵਿੱਚ ਕੋਈ ਗਾਣਾ ਨਹੀਂ ਸੀ। ਸਾਡਾ ਉਹ ਮਤਲਬ ਜਿਹੜੀ ਟੇਕਿੰਗ ਸਾਡੀ ਮੂਵੀ ਦੇ ਵਿੱਚ ਵੀ ਜਿਹੜਾ ਸਕਰੀਨ ਪਲੇ ਚੱਲਿਆ ਜਾਂ ਜਿਹੜਾ BGM ਤੁਸੀਂ ਸਪੈਸ਼ਲੀ ਬੈਕਗਰਾਊਂਡ ਸਕੋਰ ਸੁਣੋਗੇ ਉਹ ਤੁਹਾਨੂੰ ਇੱਕ ਨਵਾਂ ਅਹਿਸਾਸ ਦਊਗਾ। ਮਤਲਬ ਹੁਣ ਮੈਂ ਬਾਹਲੀਆਂ ਗੱਲਾਂ ਦਾ ਕੀ ਕਹਾਂ, ਇੱਕ ਵਾਰੀ ਜਾ ਕੇ ਦੇਖ ਲਓ, ਤਸੱਲੀ ਹੋਊਗੀ ਤੁਹਾਡੀ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਬਿਲਕੁਲ ਜੀ। ਇੱਕ ਹੋਰ ਸਵਾਲ, 22 ਕਿਲੋ ਭਾਰ ਘਟਾਇਆ, ਉਹ ਸੋਚਣ ਤੋਂ ਪਹਿਲਾਂ ਤਾਂ ਜ਼ਰੂਰ ਲੱਗਦਾ ਹੋਵੇਗਾ ਕਿਵੇਂ ਘਟੇ, ਲੋਕਾਂ ਨੂੰ ਸੁਣਨ 'ਚ ਲੱਗੇਗਾ ਕਿਵੇਂ ਘਟਾਇਆ ਪਏਗਾ, ਪਰ ਘਟਾਉਣ ਤੋਂ ਬਾਅਦ ਜਦੋਂ ਵਧਾਉਣਾ ਬੈਕ ਟੂ ਨੋਰਮਲ ਆਉਣਾ, ਉਹਦੇ ਲਈ ਸੋਚ ਲੱਗੀ ਕਿ ਹੁਣ ਦੁਬਾਰਾ ਕਿੱਦਾਂ ਠੀਕ ਹੋਏਗਾ? ਉਹ ਇੱਕ ਵਾਰੀ ਪ੍ਰੋਬਲਮ ਪਹਿਲਾਂ ਜ਼ਰੂਰ ਆਈ ਕਿਉਂਕਿ ਖਾ ਪੀ ਨਹੀਂ ਸੀ ਹੁੰਦਾ, ਨਾ ਮੈਂ ਜਿੰਮ ਇੱਕੋ ਦਮ ਲੱਗ ਸਕਦਾ ਸੀ, ਹਨਾ। ਉਹ ਪਹਿਲਾਂ 2 ਮਹੀਨੇ ਮੈਨੂੰ ਨੋਰਮਲ ਹੋਣ 'ਚ ਹੀ ਲੱਗੇ, ਜਿੰਮ ਵਗੈਰਾ ਤਾਂ ਚਲੋ ਛੱਡੋ, ਉਹ ਨੋਰਮਲ ਹੋਣ 'ਚ ਹੀ ਲੱਗੇ, ਸੋ ਦੈਟ ਮੈਂ ਨੋਰਮਲ ਖਾ ਸਕਾਂ ਜਾਂ ਦੁੱਧ ਪੀ ਸਕਾਂ ਜਾਂ ਦਹੀਂ ਖਾ ਸਕਾਂ, ਮਿਲਕ ਪ੍ਰੋਡਕਟਸ, ਹਨਾ। ਉਹਦੇ ਲਈ ਵੀ ਮੈਨੂੰ ਟਾਈਮ ਲੱਗਿਆ, ਬਿਕੋਜ਼ ਉਹ ਨਹੀਂ ਸੀ ਮੇਰਾ ਲੀਵਰ ਇੱਕੋ ਦਮ ਝੱਲ ਸਕਦਾ, ਤੇ ਤਾਂ ਹੀ ਉਹ ਜਰਨੀ ਸਾਨੂੰ ਪਤਾ ਸੀ ਵੀ ਅਪਰੋਕਸੀਮੇਟਲੀ 1 ਸਾਲ ਇਹ ਸਾਰੀ ਟ੍ਰਾਂਸਫਰਮੇਸ਼ਨ ਨੇ ਇੱਕ ਲੁੱਕ ਨੇ ਲੈਣਾ, ਪਹਿਲਾਂ ਉੱਥੇ ਤੱਕ ਪਹੁੰਚਣ ਨੂੰ ਫਿਰ ਉਹਦੇ ਚੋਂ ਨਿਕਲਣ, ਉਹ ਤਾਂ ਹੀ ਸਾਨੂੰ 1 ਸਾਲ ਲੱਗਿਆ, ਜਿੰਨਾ ਟਾਈਮ ਲੱਗਿਆ ਲੱਗਿਆ ਵੀ ਤਾਂ ਹੀ। ਹੁਣ ਉਹੀ ਆ ਵੀ ਜਦੋਂ ਹੁਣ ਜੇ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਉਦੋਂ ਸੋਚਦੇ ਹਾਂ ਤਾਂ ਐਂ ਲੱਗਦਾ ਵੀ ਯਾਰ ਅਸੀਂ ਕਰ ਲਿਆ, ਸ਼ੁਰੂ ਕੀਤਾ ਸੀਗਾ ਵੀ ਹਾਂ ਅਸੀਂ ਬਣਾ ਕੇ। ਮੈਂ ਤੁਹਾਨੂੰ ਇਹ ਦੱਸਦਾ ਵੀ ਇੱਕ ਖੁਸ਼ੀ ਇੱਕ ਸੈਟੀਸਫੈਕਸ਼ਨ ਇਹੀ ਹੈ ਵੀ ਪਰਸੋਂ ਅਸੀਂ ਰਿਲੀਜ਼ ਕਰ ਰਹੇ ਹਾਂ ਫਿਲਮ ਥੀਏਟਰਸ ਦੇ ਵਿੱਚ ਲੱਗ ਰਹੀ ਆ, ਸ਼ੋਅਜ਼ ਅਸੀਂ ਦੇਖਦੇ ਹਾਂ ਬੁੱਕ ਮਾਈ ਸ਼ੋਅ ਤੇ ਹੋਰ ਪਾਸੇ ਸਾਡੇ ਸ਼ੋਅਜ਼ ਅਵੇਲੇਬਲ ਹੋ ਰਹੇ ਆ, ਸਾਡੇ ਲਈ ਤਾਂ ਉਹੀ ਇੱਕ ਜਿੱਤ ਆ ਜਾਂ ਇੱਕ ਖੁਸ਼ੀ ਵਾਲੀ ਗੱਲ ਆ। ਬਟ ਜਦੋਂ ਇਹ ਦੇਖਦੇ ਹਾਂ ਵੀ ਇਹਦਾ ਇੰਪੈਕਟ ਸਿਨੇਮੇ ਤੇ ਕੀ ਪੈਣਾ, ਤਾਂ ਉਹਦੇ ਲਈ ਸੱਚੀ ਗੱਲ ਆ ਵੀ ਥੀਏਟਰ 'ਚ ਲੋਕਾਂ ਨੂੰ ਆਉਣਾ ਪੈਣਾ। ਬਿਲਕੁਲ ਬਿਲਕੁਲ, ਥੈਂਕ ਯੂ ਸੋ ਮਚ ਹਰਦੀਪ ਜੀ, ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਉਮੀਦ ਕਰਦੇ ਹਾਂ ਤੁਹਾਡੀ ਸਮਾਈਲ ਜਿਹੜੀ ਹੈ ਉਹ ਬਦਤਰ ਆ, ਤੁਹਾਡੀ ਐਕਸਪੀਰੀਅੰਸ ਜਿਹੜੀ ਹੈ ਉਹ ਦੁੱਗਣੀ ਚੌਗਣੀ ਹੋ ਜੇ। 4-5 ਸਾਲ ਜਿਹੜੇ ਇਸ ਫਿਲਮ ਨੂੰ ਦਿੱਤੇ ਨੇ, ਮੈਨੂੰ ਲੱਗਦਾ ਇਹ 4-5 ਸਾਲ 40-50 ਸਾਲਾਂ ਤੱਕ ਇਹ ਫਿਲਮ ਸਾਰਿਆਂ ਨੂੰ ਯਾਦ। ਥੈਂਕ ਯੂ ਜੀ। ਜਾਣ ਤੋਂ ਪਹਿਲਾਂ ਸਾਰਿਆਂ ਦੇ ਲਈ ਇੱਕ ਖਾਸ ਮੈਸੇਜ ਕਿ 5 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਚੁਣਿਆ ਹੁੰਦਾ। 5 ਅਗਸਤ ਨੂੰ ਵਰਲਡਵਾਈਡ ਵੈਸੇ ਤਾਂ ਰਿਲੀਜ਼ ਹੋ ਰਹੀ ਹੈ ਜੀ ਤੁਣਕਾ ਤੁਣਕਾ, ਤੇ ਕੈਨੇਡਾ ਦੇ ਵਿੱਚ ਖਾਸ ਕਰਕੇ ਜਿੱਥੇ ਜਿੱਥੇ ਪੰਜਾਬੀ ਆਪਣੇ ਵੱਸਦੇ ਆ ਉੱਥੇ ਉੱਥੇ ਅਸੀਂ ਇਹ ਫਿਲਮ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਈਵਨ ਕਿ 1-2 ਸ਼ਹਿਰਾਂ 'ਚ ਪਹਿਲਾਂ ਅਸੀਂ ਡਿਸਾਈਡ ਨਹੀਂ ਸੀ ਕੀਤਾ, ਬਟ ਆਫਟਰ ਪੋਸਟਰ ਸਾਨੂੰ ਜਦੋਂ ਇਨਕੁਆਇਰੀਜ਼ ਆਈਆਂ ਜਾਂ ਲੋਕਾਂ ਨੇ ਕਿਹਾ ਕਿ ਇੱਥੇ 20 ਲੈ ਕੇ ਆਓ, ਤਾਂ ਹੁਣ ਜਿੱਥੇ ਜਿੱਥੇ ਪੰਜਾਬੀ ਬੈਠੇ ਆ ਅਸੀਂ ਆ ਰਹੇ ਹਾਂ, ਅਤੇ ਉੱਥੇ ਤੁਹਾਡਾ ਅਸੀਂ ਵੇਟ ਕਰਾਂਗੇ ਵੀ ਤੁਸੀਂ ਸਾਰੇ ਥੀਏਟਰਸ ਦੇ ਵਿੱਚ ਵਿਦ ਫੈਮਿਲੀਜ਼ ਪਹੁੰਚੋ, ਕਿਉਂਕਿ ਇੱਕ ਫੈਮਿਲੀ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਇਕੁਏਸ਼ਨਸ ਹੁੰਦੀਆਂ ਨੇ ਜੋ ਅਸੀਂ ਇਸ ਮੂਵੀ ਦੇ ਵਿੱਚ ਦਿਖਾਈਆਂ ਹੋਈਆਂ ਨੇ। ਬਾਕੀ ਹੁਣ ਗੱਲਾਂ ਬਹੁਤ ਹੋ ਗਈਆਂ, ਮੈਨੂੰ ਲੱਗਦਾ ਕਿ ਪਹੁੰਚੋ ਬਸ, ਹੁਣ ਮੈਂ ਇਹੀ ਕਹੂੰਗਾ। ਬਿਲਕੁਲ ਜੀ, ਥੈਂਕ ਯੂ ਸੋ ਮਚ ਹਰਦੀਪ ਜੀ ਆਪਣਾ ਕੀਮਤੀ ਸਮਾਂ ਦੇਣ ਦੇ ਲਈ, ਤੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਲ ਦ ਵੈਰੀ ਬੈਸਟ ਟੂ ਯੂ। ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ ਜੀ।